ਸ਼ਹਿਰ ਵਿੱਚ ਸਾਰਾ ਕੁਝ ਕੀਤਾ, ਕਥਾ ਕੀਤੀ, ਸਗੋਂ ਜਿਹੜਾ ਕੋਈ ਰੋਂਦਾ ਸੀ, ਰਾਹ ਕਰਦਾ ਸੀ, ਉਹਨੂੰ ਤੁਸੀਂ ਵਰਜਦੇ ਰਹੇ, ਰੋਣ ਤੋਂ ਰੋਕਦੇ ਰਹੇ। ਸਤਿਗੁਰੂ ਮਹਾਰਾਜ, ਤੁਸੀਂ ਐਡੇ ਵੱਡੇ ਦੁੱਖ ਨੂੰ ਕਿੱਦਾਂ ਬਰਦਾਸ਼ਤ ਕੀਤਾ? ਤੇ ਉੱਥੇ ਜਿਹੜੀ ਗੱਲ ਗੁਰੂ ਹਰਗੋਬਿੰਦ ਸਾਹਿਬ ਸੱਜੇ ਪਿਤਾ ਮਹਾਰਾਜ ਨੇ ਜਵਾਬ ਦਿੱਤਾ, ਉਹਦੇ ਵਿੱਚ ਸਾਨੂੰ ਕੁਝ ਉਪਦੇਸ਼ ਮਿਲਦਾ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਸਾਈਂ ਦਾਸ ਉਸ ਵਿਹੜੇ 'ਚ ਬੈਠੇ, ਕਹਿੰਦੇ ਉਹ ਸਾਹਮਣੇ ਇੱਕ ਨੁੱਕਰ ਵਿੱਚ ਘਰ 'ਚ ਇੱਕ ਡੰਡਾ ਪਿਆ, ਉਹ ਚੁੱਕ ਕੇ ਲਿਆ ਲੈ ਆਉਂਦਾ। ਕਹਿੰਦੇ ਕੁਝ ਲਕੀਰਾਂ ਖਿੱਚੋ, ਸਾਈਂ ਦਾਸ ਜੀ ਨੇ ਜ਼ਮੀਨ 'ਤੇ ਲਕੀਰਾਂ ਖਿੱਚ ਦਿੱਤੀਆਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ ਸਾਈਂ ਦਾਸ ਹੁਣ ਇਹ ਲਕੀਰਾਂ ਤੁਸੀਂ ਮਿਟਾ ਦਿਓ। ਸਾਈਂ ਦਾਸ ਜੀ ਨੇ ਲਕੀਰਾਂ ਮਿਟਾ ਦਿੱਤੀਆਂ। ਗੁਰੂ ਹਰਗੋਬਿੰਦ ਸਾਹਿਬ ਜੀ ਚੁੱਪ ਹੋ ਕੇ ਬੈਠਦੇ। ਹੁਣ ਜੇ ਅਸੀਂ ਸਵਾਲ ਕੀਤਾ ਹੋਵੇ, ਜਦੋਂ ਤੱਕ ਉਹਦਾ ਸਾਨੂੰ ਜਵਾਬ ਨਹੀਂ ਮਿਲ ਜਾਂਦਾ, ਸਾਨੂੰ ਨਿਕਾਹ ਨਹੀਂ ਹੋਣੀ। ਸਾਈਂ ਦਾਸ ਜੀ ਕਹਿੰਦੇ ਸਤਿਗੁਰੂ ਮੈਂ ਤੁਹਾਨੂੰ ਸਵਾਲ ਕੀਤਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਤੈਨੂੰ ਜਵਾਬ ਦੇ ਦਿੱਤਾ। ਕਹਿੰਦਾ ਸਤਿਗੁਰੂ ਮੈਨੂੰ ਸਮਝ ਨਹੀਂ ਆਈ, ਕਿਰਪਾ ਕਰਕੇ ਮੈਨੂੰ ਵਿਸਥਾਰ ਦੇ ਨਾਲ ਸਮਝਾਓ। ਤੇ ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਜੇ ਪਿਤਾ ਮਹਾਰਾਜ ਨੇ ਸਾਈਂ ਦਾਸ ਨੂੰ ਕਹਿੰਦੇ ਤੈਨੂੰ ਇੱਕ ਸਵਾਲ ਹੈ, ਵੀ ਜਦੋਂ ਤੂੰ ਲਕੀਰਾਂ ਖਿੱਚੀਆਂ, ਅਸੀਂ ਤੈਨੂੰ ਕਿਹਾ ਤੂੰ ਲਕੀਰਾਂ ਬਣਾ ਦੀਆਂ, ਤੇ ਤੈਨੂੰ ਕਿੰਨਾ ਕੁ ਚਾਵਲ ਚੜਿਆ, ਕਿੰਨੀ ਖੁਸ਼ੀ ਹੋਈ। ਸਾਈਂ ਦਾਸ ਜੀ ਕਹਿੰਦੇ ਪਾਤਸ਼ਾਹ ਜੀ, ਲਕੀਰਾਂ ਖਿੱਚਣ ਦੇ ਨਾਲ ਮੈਨੂੰ ਕਾਹਦੀ ਖੁਸ਼ੀ ਹੋਣੀ ਸੀ? ਹਾਂ, ਤੁਹਾਡਾ ਹੁਕਮ ਸੀ ਵੀ ਲਕੀਰਾਂ ਬਣਾਓ, ਮੈਂ ਤੁਹਾਡਾ ਹੁਕਮ ਮੰਨ ਕੇ ਲਕੀਰਾਂ ਖਿੱਚੀਆਂ, ਤੁਹਾਡਾ ਹੁਕਮ ਮੰਨਣ ਦੀ ਮੈਨੂੰ ਖੁਸ਼ੀ ਹੈ। ਸਤਿਗੁਰੂ ਜੀ ਕਹਿੰਦੇ ਜਦੋਂ ਅਸੀਂ ਕਿਹਾ ਵੀ ਲਕੀਰਾਂ ਢਾ ਦੇ, ਮਿਟਾ ਦੇ, ਤੂੰ ਲਕੀਰਾਂ ਢਾ ਦੀਆਂ, ਮੇਟ ਦਿੱਤੀਆਂ, ਤੁਹਾਡਾ ਹੁਕਮ ਸੀ ਲਕੀਰਾਂ ਮਿਟਾ ਦਿਓ, ਤੇ ਮੈਂ ਮਿਟਾ ਦਿੱਤੀਆਂ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਇਹੀ ਮੇਰੇ ਸਵਾਲ ਦਾ ਜਵਾਬ ਹੈ ਕਿ ਤੂੰ ਸਾਨੂੰ ਪੁੱਛਦਾ ਵੀ ਤੁਹਾਡਾ ਪੁੱਤਰ 9 ਸਾਲ ਦੀ ਉਮਰ 'ਚ ਚਲਾ ਗਿਆ, ਬਹੁਤ ਛੋਟੀ ਉਮਰ ਚਲਾ ਗਿਆ, ਸਾਰਿਆਂ ਨੂੰ ਬੜਾ ਦੁੱਖ ਹੋਇਆ, ਸਤਿਗੁਰੂ ਤੁਸੀਂ ਇਸ ਦੁੱਖ ਨੂੰ ਕਿੱਦਾਂ ਝੱਲਿਆ? ਜਦੋਂ ਉਹਦਾ ਮਨ ਕਰਦਾ ਲਕੀਰਾਂ ਬਣਾ ਦਿੰਦਾ, ਜਦੋਂ ਉਹਦਾ ਮਨ ਕਰਦਾ ਉਹ ਲਕੀਰਾਂ ਮੇਲ ਦਿੰਦਾ। ਸਾਨੂੰ ਤੇ ਇਹੀ ਕਹਿਣਾ ਬਣਦਾ, ਜਿਸ ਖਾਕਾ ਸੁਣਨਾ ਨਹੀਂ ਚਾਹਦਾ ਤਾਂ ਕੋ ਪੀਜੇ ਸਦ ਨਾ ਮੁਕਾ। ਸਤਿਗੁਰੂ ਕਿਰਪਾ ਕਰਨ, ਆਪ ਹੀ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਪਰਿਵਾਰ ਨੂੰ ਹੌਸਲਾ ਦੇਣ, ਆਪਣੇ ਨਾਮ ਬਾਣੀ ਦੇ ਨਾਲ ਸਤਿਗੁਰੂ ਜੋੜ ਕੇ ਰੱਖਣ। ਸਾਡਾ ਸਾਰਿਆਂ ਦਾ ਉਸ ਵਿਛੜੀਰੂ ਦੇ ਲਈ ਬਾਲਕ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੁੰਦੀ ਹੈ, ਕਿਉਂਕਿ ਇਹ ਗੁਰੂ ਸਾਹਿਬਾਨਾਂ ਦੇ ਬੋਲ ਨੇ ਸਾਡੇ ਕਿ ਜਿਹੜੀ ਅਰਦਾਸ ਸੰਗਤ ਵਿੱਚ ਕੀਤੀ ਜਾਂਦੀ ਹੈ ਉਹ ਮਾਲਕ ਆਪਣੇ ਦਰ ਦੇ ਅਰਦਾਸ ਸਾਡੀ ਪ੍ਰਵਾਨ ਕਰਦਾ ਹੈ। ਤੇ ਬਾਣੀ ਦਾ ਇੱਕ ਵਚਨ ਹੈ, ਦੁੱਖ ਤਿਸੈ ਹੀ ਪਹਿ ਆਖੀਐ ਸੂਖ ਜਿਸੈ ਹੀ ਪਾਸ, ਕਿ ਦੁੱਖ ਉਹਨੂੰ ਹੀ ਸੁਣਾਉਣ ਦਾ ਫਾਇਦਾ ਹੈ ਜਿਹਦੇ ਕੋਲੇ ਸੁੱਖ ਹੋਣ, ਤੇ ਸੁੱਖਾਂ ਦਾ ਦਾਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਹਦੇ ਅੱਗੇ ਅਸੀਂ ਸਾਰਿਆਂ ਨੇ ਝੋਲੀ ਵੰਡਣੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਰਿਵਾਰ ਦੇ ਵਿੱਚੋਂ ਪੰਜ ਜੀ 3 ਦਿਨਾਂ ਦੇ ਅੰਦਰ ਹੀ ਚਲੇ ਗਏ ਸੀ। ਇੱਕ ਐਸਾ ਵਕਤ ਵੀ ਆਇਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਜਿਹੜੇ ਸੁਪਤਨੀ ਸੀ ਮਾਤਾ ਦਮੋਦਰੀ ਜੀ, ਡੱਲੇ ਦੇ ਰਹਿਣ ਵਾਲੇ ਸੀ, ਮਾਤਾ ਦਮੋਦਰੀ ਭਾਈ ਕੀ ਡਰੌਲੀ ਅਕਾਲ ਚਲਾਣਾ ਕਰ ਗਏ, ਉਹਨਾਂ ਨਿਮਿਤ ਅਰਦਾਸ ਹੋਈ, ਸਮਾਪਤੀ ਹੋਈ ਦੀਵਾਨ ਦੀ। ਤੇ ਜਦੋਂ ਬਾਅਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀ ਸਾਲੀ ਜਿਹੜੀ ਬੀਬੀ ਰਾਮੋ ਸੀ, ਬੀਬੀ ਦਮੋਦਰੀ ਦੀ ਭੈਣ, ਉਹ ਵੀ ਚਲੀ ਗਈ, ਦੋਵੇਂ ਭੈਣਾਂ ਚਲੀਆਂ ਗਈਆਂ। ਤੇ ਦੂਜੇ ਦਿਨ, ਅਗਲੇ ਦਿਨ ਗੁਰੂ ਹਰਗੋਬਿੰਦ ਸਾਹਿਬ ਦੇ ਸਾਂਢੂ ਸਾਹਿਬ ਸਾਈਂ ਦਾਸ ਉਹ ਵੀ ਚੜ੍ਹਾਈ ਕਰ ਗਏ। ਦੋ ਭੈਣਾਂ ਇੱਕ ਦਿਨ ਚਲੀਆਂ ਗਈਆਂ, ਇੱਕ ਗੁਰੂ ਹਰਗੋਬਿੰਦ ਸਾਹਿਬ ਦੀ ਪਤਨੀ ਤੇ ਇੱਕ ਸਾਲੀ, ਦੋਵੇਂ ਚਲੀਆਂ ਗਈਆਂ। ਅਗਲੇ ਦਿਨ ਸਾਂਢੂ ਸਾਹਿਬ ਦੀ ਡੈਥ ਹੋ ਗਈ।
ਸਵਾਮੀ ਦਾਸ ਜੀ ਅਕਾਲ ਚਲਾਣਾ ਕਰਦਾ ਤੇ ਤੀਜਾ ਦਿਨ ਜਦੋਂ ਚੜ੍ਹਦਾ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਹੁਰਾ ਨਾਰਾਇਣ ਦਾਸ ਜੀ ਤੇ ਉਹਨਾਂ ਦੀ ਸੱਸ ਉਹ ਵੀ ਚਲਾਣਾ ਕਰ ਜਾਂਦੇ ਨੇ। ਪੰਜ ਜੀ ਚਲੇ ਗਏ ਕਿਉਂਕਿ ਹੁਣ ਦੇਖੋ ਨਾ ਵੀ ਜਿਸ ਮਾਂ ਬਾਪ ਨੂੰ ਹੁਣ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਸਹੁਰਾ ਸਾਹਿਬ ਤੇ ਸੱਸ ਹੁਣ ਜਿਹੜੇ ਮਾਂ ਬਾਪ ਨੂੰ ਆਪਣੀਆਂ ਦੋ ਧੀਆਂ ਤੇ ਇੱਕ ਜਵਾਈ ਦੀ ਅਰਥੀ ਆਪਣੇ ਸਾਹਮਣੇ ਚੁੱਕਣੀ ਪਈ ਹੋਏਗੀ ਉਹਨਾਂ ਦੇ ਮਨ ਤੇ ਕੀ ਬੀਤਦੀ ਹੋਏਗੀ, ਕੈਸੇ ਹਾਲਾਤ ਹੋਣਗੇ। ਸੋ ਐਸੀ ਖੇਡ ਵਰਤੀ ਉਸ ਮਾਲਕ ਦੀ ਕਿ ਉਹ ਨਾਰਾਇਣ ਦਾਸ ਜੀ ਤੇ ਉਹਨਾਂ ਦੀ ਸੁਪਤਨੀ ਅਤੇ ਉਹਨਾਂ ਦੀਆਂ ਦੋ ਧੀਆਂ ਤੇ ਜਵਾਈ ਇਹ ਪੰਜ ਜੀ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਪਰਿਵਾਰ ਵਿੱਚੋਂ ਤਿੰਨ ਦਿਨਾਂ ਦੇ ਅੰਦਰ ਹੀ ਚਲੇ ਗਏ ਸੀ ਤੇ ਜਦੋਂ ਫਿਰ ਦੀਵਾਨ ਸਜਿਆ ਭਾਈ ਕਿ ਦਰੌਲੀ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਸਾਰਿਆਂ ਨੂੰ ਇਹੀ ਕਿਹਾ ਭਾਈ ਰੋਣਾ ਨਹੀਂ, ਕਿਉਂਕਿ ਗੁਰਬਾਣੀ ਵਿੱਚ ਅਮਰਦਾਸ ਮਹਾਰਾਜ ਕਹਿ ਗਏ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਬੋਲ ਨਾ ਪਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੋਲ ਜਦੋਂ ਸੰਗਤ ਨੇ ਇਹ ਕਿਹਾ ਕਿ ਸਤਿਗੁਰੂ ਐਡਾ ਵੱਡਾ ਭਾਣਾ ਪੰਜ ਜੀ ਚਲੇ ਗਏ ਤੁਹਾਡੇ ਤੇ ਤੁਸੀਂ ਕਹਿੰਦੇ ਹੋ ਭਾਈ ਰੋਵੋ ਨਾ, ਅਸੀਂ ਕਿੱਦਾਂ ਧੀ ਰੋਣਾ ਚਲੋ ਕਰਨੀ ਆ। ਸੋ ਹੁਣ ਸਤਿਕਾਰਯੋਗ ਗਿਆਨੀ ਗੁਰਮੀਤ ਸਿੰਘ ਜੀ ਉਹ ਆਵਾਂਗੇ ਸਮਕਸ ਕੁਝ ਸਮਾਂ ਵਿਚਾਰ ਕੇ ਹਾਜ਼ਰੀ ਕਰਨਗੇ। ਸੋ ਦਾਸ ਨੇ ਤੇ ਕਮਾਉਣੀਆਂ ਭੁੱਲਾਂ ਖਿਮਾ ਕਰ ਦੇਣੀਆਂ ਮਾਤਮ ਦੇ ਚਰਨਾਂ ਵਿੱਚ ਸਾਰਿਆਂ ਨੇ ਰੁਕ ਕੇ ਅਰਦਾਸ ਕਰਨੀ ਹੈ। ਸਤਿਗੁਰੂ ਇਸ ਦੁੱਖ ਦੇ ਸਮੇਂ ਪਰਿਵਾਰ ਉੱਤੇ ਮਿਹਰ ਭਰਿਆ ਹੱਥ ਰੱਖਣ। ਆਪ ਵੀ ਸਾਰੇ ਸਮੂਹ ਸਤਸੰਗੀਆਂ ਨੂੰ ਬੇਨਤੀ ਹੈ ਕਿ ਪਰਿਵਾਰਾਂ ਨੂੰ ਜੀ ਦੇਣਾ ਹੌਸਲਾ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਨ ਨਾਨਕ ਹਾਟ ਵਿਹਾਜਿਆ ਹਰ ਗੁਲਮ ਗੁਲਾਮ ਪਰਮ ਸਨਮਾਨ ਯੋਗ ਸਤਸੰਗ ਆਪ ਸਰਬੱਤ ਸਤਸੰਗੀ ਜਨ ਸਰਦਾਰ ਮੰਗਲ ਸਿੰਘ ਜੀ ਲਾਹੌਰੀਆ ਪਰਿਵਾਰ ਇਹਨਾਂ ਦੇ ਪੁੱਤਰੇ ਅਤੇ ਲੇਟ ਸਰਦਾਰ ਦਰਸ਼ਨ ਸਿੰਘ ਜੀ ਮਾਤਾ ਮਨਜੀਤ ਕੌਰ ਜੀ ਇਹਨਾਂ ਦੇ ਬੇਟੇ ਔਰ ਮੀਮੀ ਰਾਜਵਿੰਦਰ ਕੌਰ ਜੀ ਇਹਨਾਂ ਦੇ ਪਤੀ ਅਤੇ ਸਰਦਾਰ ਗੁਰਪੂਰਨ ਸਿੰਘ ਜੀ ਗੁਰਪ੍ਰੀਤ ਕੌਰ ਜੀ ਜਗਦੀਸ਼ ਸਿੰਘ ਜੀ ਗੁਰਵਿੰਦਰ ਕੌਰ ਜੀ ਲਵਪ੍ਰੀਤ ਸਿੰਘ ਜੀ ਇਹਨਾਂ ਦੇ ਭਰਾਤਾ ਅਤੇ ਸਰਦਾਰ ਅਰਜਨ ਸਿੰਘ ਜੀ ਸਰਦਾਰ ਸਰਦੂਲ ਸਿੰਘ ਜੀ ਸਰਦਾਰ ਸੁਖਬੀਰ ਸਿੰਘ ਜੀ ਤਿੰਨਾਂ ਦੇ ਭਤੀਜੇ ਸਰਦਾਰ ਪ੍ਰੇਮ ਸਿੰਘ ਜੀ ਲਾਹੌਰੀਆ ਮਾਲਕ ਵੱਲੋਂ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਣ ਭਾਲੇ ਸਭ ਦਿਵਸ ਸਾਸ
ਨੈ ਵਡਨ ਘਟਨ ਤਿਲ ਸਾ। ਜੋ ਜੀ ਵੀ ਸੰਸਾਰ ਤੇ ਹੁੰਦਾ ਹੈ, ਪਰਮੇਸ਼ਰ ਉਸ ਦੇ ਰਹਿਣ ਦੀ ਮੌਲਤ ਨਿਯੁਕਤ ਕਰਕੇ ਜੀਵ ਨੂੰ ਸੰਸਾਰ ਦੇ ਰਹੇ। ਪੁੱਛਿਆ ਕਾਹਦੀ ਮੌਲਤ, ਕਹਿਣ ਲੱਗੇ ਸੰਸਾਰ ਤੇ ਕਿਤਨੇ ਦਿਨ ਰਹਿਣ ਔਰ ਕਿਤਨੇ ਸਵਾਸ ਰਹਿਣ, ਇਹਦੀ ਮੌਲਤ। ਗਣ ਘਾਲੇ ਸਭ ਦਿਵਸ ਸਾਸ, ਨਏ ਵਡਣ ਪਰਮੇਸ਼ਰ ਵੱਲੋਂ ਮਿਲੀ ਹੋਈ ਦਿਨ ਔਰ ਸਵਾਸਾਂ ਦੀ ਮੌਲਤ ਨੂੰ ਨਾ ਕੋਈ ਦੁਨੀਆਂ ਦੀ ਤਾਕਤ ਵਧਾ ਸਕਦੀ ਹੈ ਨਾ ਘਟਾ ਸਕਦੀ। ਗਣ ਘਾਲੇ ਸਭ ਦਿਵਸ ਸਾਸ, ਨਏ ਵਡਣ ਵਧਾਇਆ ਨਹੀਂ ਜਾ ਸਕਦਾ, ਘਟਣ ਘਟਾਇਆ ਨਹੀਂ ਜਾ ਸਕਦਾ। ਤਿਲ ਸਾਸ, ਤਿਲ ਕਹਿੰਦੇ ਨੇ ਰੱਤੀ ਪਾਪਾ, ਪਰਮੇਸ਼ਰ ਵੱਲੋਂ ਮਿਲੇ ਹੋਏ ਸਮੇਂ ਨੂੰ ਕੋਈ ਦੁਨੀਆਂ ਦੀ ਤਾਕਤ ਨਾ ਤਿਲ ਭਰ ਵਧਾ ਸਕਦੀ ਨਾ ਘਟਾ ਸਕਦੀ। ਇਹਨੂੰ ਵਿਸਥਾਰ ਦਿੱਤਾ ਗੁਰਬਾਣੀ, ਕਹਿੰਦੇ ਸੰਸਾਰ ਤੇ ਕਿਸੇ ਵੀ ਵਿਅਕਤੀ ਨੇ ਜਾ ਕੇ ਆਪਣੀ ਰਸਨਾ ਤੋਂ ਕਿਤਨੇ ਬੋਲ ਬੋਲਣੇ ਨੇ, ਇਹ ਦਰਗਾਹ ਵਿੱਚ ਲਿਖਿਆ ਹੈ। ਕਿਤਨੀਆਂ ਗ੍ਰਾਹੀਆਂ ਮੂੰਹ ਵਿੱਚ ਪਾਉਣੀਆਂ ਨੇ, ਇਹ ਵੀ ਦਰਗਾਹ ਵਿੱਚ ਲਿਖਿਆ ਹੈ। ਕਿਤਨੇ ਕਦਮ ਸਫ਼ਰ ਤੈਅ ਕਰਨਾ, ਇਹ ਵੀ ਲਿਖਿਆ ਹੈ। ਕਿਤਨਾ ਵੇਖਣਾ ਤੇ ਸੁਣਨਾ, ਇਹ ਵੀ ਲਿਖਿਆ ਹੈ। ਔਰ ਅਖੀਰ ਤੇ ਆ ਕੇ ਕਹਿੰਦੇ ਕਿਤਨੇ ਸਵਾਸ ਲੈਣੇ ਨੇ, ਇਹ ਵੀ ਦਰਗਾਹ ਵਿੱਚ ਲਿਖਿਆ ਹੈ। ਲੇਖੇ ਬੋਲਣ ਬੋਲਣਾ, ਲੇਖੇ ਖਾਣਾ ਖਾਓ, ਲੇਖੇ ਵਾਟ ਚਲਾਈਏ, ਬੋਲਣ ਬੋਲਣਾ ਕਿੰਨੇ ਲਫ਼ਜ਼ ਕਹਿਣੇ, ਖਾਣਾ ਖਾਓ ਕਿੰਨੇ ਮੁੱਖ ਵਿੱਚ ਭੋਜਨ ਦੇ ਗ੍ਰਹਿ ਪਾਉਣੇ, ਲੇਖੇ ਵਾਟ ਚਲਾਈਏ ਕਿਤਨੇ ਕਦਮ ਸਫ਼ਰ ਤੈਅ ਕਰਨਾ, ਲੇਖੇ ਸੁਣ ਵੇਖੋ ਕਿਤਨਾ ਵੇਖਣਾ ਤੇ ਸੁਣਨਾ, ਸਭ ਦਰਗਾਹ ਵਿੱਚ ਲਿਖਦੇ। ਅਖੀਰ ਤੇ ਕਹਿੰਦੇ ਲੇਖੇ ਸਾਹ ਲਵੇ, ਕਿੰਨੇ ਸਾਹ ਲੈਣੇ ਨੇ, ਇਹ ਵੀ ਲਿਖਦਾ। ਪੜ੍ਹੇ ਕੇ ਪੁੱਛਣ ਜਾਓ, ਇਹ ਗੱਲ ਕਿਸੇ ਸਿਆਣੇ ਨੂੰ ਜਾ ਕੇ ਪੁੱਛਣ ਦੀ ਜ਼ਰੂਰਤ ਨਹੀਂ। ਸੱਚਾਈ ਇਹ ਹੈ ਕਿ ਗੋਇਲ ਆਇਆ ਕੋਇਲੀ, ਕਿਆ ਇਸ ਦਮ ਪਸਾਰ, ਮੌਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ, ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ, ਕਿਆ ਥੋੜੜੀ ਬਾਰ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਮਹਾਂਦੇਵ ਜੀ ਔਰ ਪ੍ਰਿਥੀ ਚੰਦ, ਇਹ ਤਿੰਨ ਭਰਾ ਨੇ ਸਾਹਿਬ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਤਿੰਨ ਬੇਟੇ ਨੇ, ਵੱਡੇ ਨੇ ਪ੍ਰਿਥੀ ਚੰਦ ਜੀ, ਵਿਚਕਾਰ ਮਹਾਂਦੇਵ ਜੀ, ਔਰ ਸਭ ਤੋਂ ਛੋਟੇ ਸ਼੍ਰੀ ਧੰਨ ਗੁਰੂ ਅਰਜਨ ਦੇਵ ਮਹਾਰਾਜ। ਇੱਕ ਦਿਨ ਮਹਾਂਦੇਵ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ, ਮੇਰਾ ਚਿੱਤ ਕਰਦਾ ਤੇ ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਵੱਡੇ ਮੇਲ ਨੂੰ ਕਹਿਣਗੇ ਵੀ ਕੀ ਚਿੱਤ ਕਰਦਾ। ਕਹਿੰਦੇ ਮੇਰਾ ਚਿੱਤ ਕਰਦਾ ਕਿ ਮੈਂ ਆਪਣੇ ਪੁਰਖਾਂ ਦੇ ਸਥਾਨ ਗੋਇੰਦਵਾਲ ਸਾਹਿਬ ਤੇ ਮੱਥਾ ਟੇਕ ਕੇ ਆਵਾਂ, ਜਾਣ ਕੇ ਚਿੱਤ ਕਰਦਾ।
ਦੁਨਿਆਵੀ ਵਿਅਕਤੀ ਨੂੰ ਕਿਸੇ ਗੱਲ ਦਾ ਬੋਧ ਨਹੀਂ ਹੈ, ਪਰ ਗੁਰੂ ਦੇ ਅੰਦਰ ਜਾਂਦੀ ਹੈ। ਜਦੋਂ ਇਹ ਕਿਹਾ ਨਾ ਆਪਣੇ ਭਰਾਤਾ ਨੂੰ ਵੀ ਮੈਂ ਜਾ ਰਿਹਾ ਤੇ ਆ ਕੇ ਮਿਲਾਂਗਾ, ਪਰ ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਜਾਣਦੇ ਨੇ ਕਿ ਹੁਣ ਜਾਣ ਦਾ ਸਮਾਂ, ਵਾਪਸੀ ਦਾ ਸਮਾਂ ਨਹੀਂ। ਕਹਿਣਗੇ ਅੱਛਾ ਵਾਪਸ ਆ ਕੇ ਮਿਲੋਗੇ ਜੀ? ਵਾਪਸ ਆ ਕੇ ਮਿਲੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣਗੇ ਕਿ ਇਸ ਤਰ੍ਹਾਂ ਕਰਦੇ ਹਾਂ, ਜੇ ਤੁਹਾਡਾ ਚਿੰਤ ਕਰਦਾ ਹੈ ਨਾ ਪੁਰਖਾਂ ਦੇ ਗੋਇੰਦਵਾਲ ਸਾਹਿਬ ਦੇ ਸਥਾਨ ਦੇ ਦਰਸ਼ਨ ਕਰਨ ਦਾ, ਮੇਰਾ ਵੀ ਚਿੰਤ ਕਰਦਾ ਹੈ, ਆਪਾਂ ਇਕੱਠੇ ਹੀ ਚੱਲਦੇ, ਇਕੱਠੇ ਚੱਲਦੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਔਰ ਇਹਨਾਂ ਦੇ ਵੱਡੇ ਭਰਾਤਾ ਮਹਾਦੇਵ ਜੀ ਚਲੇ ਗਏ ਸ਼੍ਰੀ ਗੋਇੰਦਵਾਲ ਸਾਹਿਬ, ਮੱਥਾ ਟੇਕਿਆ। ਇੱਕ ਦਿਨ ਬਤੀਤ ਹੋ ਗਿਆ, ਅਗਲੇ ਦਿਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬੈਠੇ ਗਏ ਅਤੇ ਮਹਾਦੇਵ ਜੀ ਆਏ ਔਰ ਮਹਾਦੇਵ ਜੀ ਨੇ ਆ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ। 2 ਮਿੰਟ ਦੀ ਗੱਲ 'ਤੇ ਤਵੱਜੋ ਦਿਓ ਜੀ। ਜਦੋਂ ਮੱਥਾ ਟੇਕਿਆ ਨਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੱਗੇ ਮਹਾਦੇਵ ਜੀ ਨੇ ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਂਹ ਫੜ ਲਈ। ਕਹਿਣ ਲੱਗੇ ਵੱਡਾ ਭਰਾ ਮੱਥਾ ਟੇਕਦਾ ਚੰਗਾ ਨਹੀਂ ਲੱਗਦਾ, ਉਹਦੇ ਸਿਰ 'ਤੇ ਹੱਥ ਰੱਖ ਕੇ ਅਸੀਸ ਦਿੰਦਾ ਚੰਗਾ ਲੱਗਦਾ, ਅਸੀਸ ਦਿੰਦਾ ਚੰਗਾ ਲੱਗਦਾ। ਉੱਥੇ ਗੱਲ ਕਹੀ ਮਹਾਦੇਵ ਜੀ ਨੇ ਬੜੀ ਕਮਾਲ ਦੀ। ਕਹਿਣ ਲੱਗੇ ਸੱਚ ਇਹ ਹੈ ਕਿ ਅੱਜ ਤੱਕ ਮੈਂ ਤੁਹਾਨੂੰ ਛੋਟਾ ਭਰਾ ਹੀ ਸਮਝਦਾ, ਛੋਟਾ ਭਰਾ ਹੈ, ਪਰ ਮੈਂ ਅੱਜ ਭਰਾ ਜਾਣ ਕੇ ਨਹੀਂ, ਅੱਜ ਗੁਰੂ ਜਾਣ ਕੇ ਸ਼ੀਸ਼ ਝੁਕਾਇਆ, ਗੁਰੂ ਜਾਣ ਕੇ। ਜਦੋਂ ਇਹ ਕਿਹਾ ਨਾ ਗੁਰੂ ਜਾਣ ਕੇ ਸ਼ੀਸ਼ ਝੁਕਾਇਆ ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਅੱਛਾ ਗੁਰੂ ਜਾਣ ਕੇ ਸ਼ੀਸ਼ ਝੁਕਾਇਆ, ਫਿਰ ਕੋਈ ਮਨ ਦੀ ਇੱਛਾ? ਕਹਿਣ ਲੱਗੇ ਹਾਂ। ਪੁੱਛਿਆ ਕੀ ਇੱਛਾ? ਕਹਿਣ ਲੱਗੇ ਇੱਛਾ ਇਹ ਹੈ ਕਿ ਮੇਰਾ ਮਨ ਪਰਮੇਸ਼ਰ ਦੀ ਯਾਦ ਵਿੱਚ ਇਕਾਗਰ ਹੈ, ਇਕਾਗਰ। ਗੁਰਚਰਨ ਲਾਗ ਹਮ ਬਿਨਵਤਾ ਪੁੱਛਤ ਕਹਿ ਜੀ ਉਪਾਇਆ, ਕਵਨ ਕਾਜ ਜਗ ਉਪਜੈ ਬਿਨਸੈ ਕਹੋ ਮੋਹੇ ਸਮਝਾਇਆ, ਦੇਵ ਕਰੋ ਦਇਆ ਮੋਹੇ ਮਾਰਗ ਲਾਵੋ, ਜਿਤ ਭੈ ਬੰਧਨ ਟੂਟੈ ਜਨਮ ਮਰਨ ਦੁੱਖ ਫੇੜ ਕਰਮ ਸੁਖ ਜੀ ਜਨਮ ਤੇ ਛੁਟੈ। ਸਤਿਗੁਰੂ ਬਸ ਇਹ ਕਿਰਪਾ ਕਰ ਦਿਓ ਕਿ ਜੀਵ ਇੱਕ ਵਾਰ ਸੰਸਾਰ 'ਤੇ ਆਏ ਅਤੇ ਫਿਰ ਆਉਣਾ ਹੀ ਨਾ ਪਵੇ। ਅਤੇ ਸ਼ਹਿਰ ਕਹਿਣ ਲੱਗੇ ਸਿਧਾਂਤ ਹੈ ਕਿ ਆਇਆ ਸਫਲ ਤਾਂ ਹੁਕੋ ਬਣੀਏ, ਜਾਸ ਰਸਤ ਹਰ ਹਰ ਭਣੀਏ, ਆਏ ਵਸੇ ਸਾਧੂ ਕੇ ਸੰਗੇ, ਅਨ ਦਿਨ ਨਾਮ ਧਿਆਵੈ ਰੰਗੇ, ਆਵਤ ਸੋ ਜਨ ਨਾਮੇ ਰਤਾ, ਜਨ ਕੋ ਦਇਆ ਮਾਇਆ ਵਿਧਾਤਾ, ਏਕੇ ਆਵਣ ਫਿਰ ਜੋਨ ਨਾ ਆਇਆ, ਨਾਨਕ ਹਰ ਕੇ ਦਰਸ਼ ਸਮਾਇਆ। ਜਿਹੜਾ ਜੀਵ ਸੰਸਾਰ ਤੇ ਆਇਆ ਉਹਨੇ ਸਮਾਂ ਪਾ ਕੇ ਵਾਪਸ ਪਰਤਣਾ, ਪਰ ਜਿਹਦੇ ਲਈ ਅਸੀਂ ਆਏ ਹਾਂ ਉਹਦੇ ਲਈ ਯਤਨਸ਼ੀਲ
ਰੋਜ਼ ਬਾਣੀ ਪੜ੍ਹਦੇ ਹਾਂ, ਸਰਨ ਜਾਣ ਲਾਭ ਭਵਜਲ ਧਰ ਲੱਗੇ, ਜੀਵਨ ਨੂੰ ਸਫਲਿਆ ਕਰਨ ਲਈ ਉਦਮ ਸ਼ੁਰੂ। ਲਾਹੌਰੀਆ ਪਰਿਵਾਰ ਗੁਰੂ ਘਰ ਦਾ ਸੁਨੇਹੀ ਹੈ, ਸਤਸੰਗੀ ਹੈ, ਨੇਮ ਨਾਲ ਗੁਰੂ ਘਰ ਦੀ ਹਾਜ਼ਰੀ ਭਰਦਾ। ਦੁਨੀਆ ਦੀ ਖੇਡ, ਕੋਈ ਸੰਸਾਰ 'ਤੇ ਆ ਰਿਹਾ, ਕੋਈ ਸੰਸਾਰ ਤੋਂ ਕੂਚ ਕਰਦਾ, ਇਹ ਖੇਡ ਹੈ ਹਮੇਸ਼ਾ। ਪਰ ਜਿਹੜੇ ਮਾਰਗ ਦੇ ਮਾਰਗ 'ਤੇ ਚੱਲਦੇ ਨੇ, ਉਹ ਇੱਕ ਵਾਰ ਸੰਸਾਰ 'ਤੇ ਆਉਂਦੇ ਨੇ। ਜਾਂ ਪਵਾਏ ਸੋਈ ਵੀ ਆਇਓ, ਹਰ ਗੁਰਦੇ ਮਨ ਵਸੇਰਾ, ਨੇਕ ਕਾਰ ਰਹਿਣ ਪਾਵੋ ਸੁਖ ਸਹਿਜੇ, ਬਹੁ ਨਾ ਹੋਇਓ ਫੇਰਾ। ਸਤਿਗੁਰ ਕਿਰਪਾ ਕਰ, ਵਿਛੜੀ ਆਤਮਾ ਨੂੰ ਆਪੇ ਤਾਂ ਔਰ ਘਰ ਦੇ ਵਿਹੜੇ ਨੂੰ ਹਮੇਸ਼ਾ ਚੈਨ ਵਾਲਾ ਕਰ। ਮੇਰੇ ਵੀਰ, ਜਦੋਂ ਦਾਸ ਨੂੰ ਪਤਾ ਲੱਗਿਆ, ਸੁਖਬੀਰ ਸਿੰਘ ਜੀ, ਸਰਦੂਲ ਸਿੰਘ ਜੀ ਔਰ ਮੇਰੇ ਵੀਰ ਸਿਧਾਰਜਨ ਸਿੰਘ ਜੀ, ਸਾਧ ਸੰਗਤ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਜਾਣਾ ਸਾਰਿਆਂ ਨੇ, ਹੈ ਕੋਈ ਦੋ ਰਾਵਾਂ? ਕੋਈ ਕਹੇ ਵੀ ਮੈਂ ਜਾਣਾ, ਮੈਂ ਨਹੀਂ ਜਾਣਾ, ਅਤੇ ਸਤਿਗੁਰੂ ਮਹਾਰਾਜ ਜੀ ਕਹਿਣਗੇ ਵੀ ਕੋਈ ਕਿੰਨਾ ਵੀ ਯਤਨ ਕਰੇ ਨਾ, ਸਰੀਰ ਕਰਕੇ ਸਾਰਿਆਂ ਨੇ ਜਾਣਾ, ਸਰੀਰ ਕਰਕੇ ਸਾਰਿਆਂ ਨੇ ਜਾਣਾ। ਪਰ ਜੇ ਕੋਈ ਇਹ ਕਹੇ ਵੀ ਮੇਰਾ ਨਹੀਂ ਚਿੱਤ ਕਰਦਾ, ਮੈਂ ਜਾਣਾ ਹੀ ਨਹੀਂ ਚਾਹੁੰਦਾ, ਅਤੇ ਸਤਿਗੁਰੂ ਕਹਿੰਦੇ ਵੀ ਇੱਕ ਮੁਕਤਾ ਤੈਨੂੰ ਦੱਸਣ ਲੱਗਾ, ਉਹ ਪੱਲੇ ਬਣੀ ਜੋ ਪੱਲੇ ਬਣੇਗਾ ਅਤੇ ਸਦੀਵ ਜੀਵਤ ਹੋਇਆ। ਅੱਛਾ, ਉਹ ਕੀ ਕਹਿਣ ਲੱਗੇ? ਯਤਨ ਕਰੋ ਤੁਮ ਅਨਕ ਬਿਦ, ਰਹਿ ਨਾ ਪਾਵੋ ਪ੍ਰੀਤ, ਜੀਵਤ ਰਹੋ ਹਰ ਹਰ ਭਜੋ, ਨਾਨਕ ਨਾਮ ਪ੍ਰੀ। ਪਿਆਰ ਨਾਲ ਪਰਮੇਸ਼ਰ ਦੇ ਰਾਹ 'ਤੇ ਚੱਲ, ਸੰਸਾਰ 'ਤੇ ਹਮੇਸ਼ਾ ਲਈ ਜੀਵਿਤ ਰਹਿਣਾ। ਜੈਸਾ ਕਿ ਦਾਸ ਨੇ ਪਹਿਲੇ ਵੀ ਜ਼ਿਕਰ ਕੀਤਾ, ਬਹੁਤ ਸਾਰੇ ਸੱਜਣ, ਬਹੁਤ ਸਾਰੇ ਨਾਮ ਐਸੇ ਨੇ ਜਿਹੜੇ ਦਾਸ ਤੱਕ ਨਹੀਂ ਪਹੁੰਚੇ ਔਰ ਨਹੀਂ ਦਰਸਾਏ ਗਏ, ਸਾਰੇ ਹੀ ਪਰਿਵਾਰ ਨਾਲ ਹਮਦਰਦੀ ਲਈ ਆਪਾਂ ਪਹੁੰਚੇ ਹਾਂ। ਸਰਦਾਰ ਬਲਦੇਵ ਸਿੰਘ ਜੀ, ਦੇਵ ਸਾਬਕਾ ਕੌਂਸਲਰ, ਸਰਦਾਰ ਜਤਿੰਦਰ ਸਿੰਘ ਜੀ ਲਾਗੀ ਸੁਲਤਾਨਪੁਰ, ਸਰਦਾਰ ਲਖਵੀਰ ਸਿੰਘ ਜੀ ਬਾਜਵਾ ਕੌਂਸਲਰ, ਸਰਦਾਰ ਗਿਆਨ ਸਿੰਘ ਜੀ ਐਕਸ ਕੌਂਸਲਰ IAS ਪੰਦਰਾਂ ਜੀ, ਸਰਦਾਰ ਕੁਲਦੀਪ ਸਿੰਘ ਜੀ, ਸਰਦਾਰ ਸਤਵਿੰਦਰ ਸਿੰਘ ਜੀ, ਸਾਹਿਬ ਸਿੰਘ ਸਾਹਿਬ ਜੀ, ਸਰਦਾਰ ਹਰਭਜਨ ਸਿੰਘ ਜੀ, ਕੌਂਸਲਰ ਸ਼੍ਰੀ ਮਦਨ ਲਾਲ ਖਿੰਡਰ ਜੀ, ਸਰਦਾਰ ਹਰਭਵਨ ਜੀ ਸਿੰਘ ਜੀ ਰੋਮੀ ਜੀ, ਸਰਦਾਰ ਨਰਿੰਦਰ ਸਿੰਘ ਜੀ ਚੀਮਾ ਜੀ ਔਰ ਸਰਦਾਰ ਗੁਰਦੀਪ ਸਿੰਘ ਜੀ, ਹੋਰ ਸਾਰੇ ਹੀ ਪਿਆਰ ਵਾਲੇ ਸੱਜਣ ਸੰਗਤੀ ਰੂਪ ਵਿੱਚ ਮਾਲਕ ਦੇ ਚਰਨਾ ਕਮਲਾਂ ਵਿੱਚ ਅਰਦਾਸ ਬੇਨਤੀ ਲਈ ਆਪਾਂ ਜੁੜ ਬੈਠੇ ਹਾਂ। ਔਰ ਮੈਂ ਬੇਨਤੀ ਕਰਾਂਗਾ, ਦੋ ਤਿੰਨ ਸੱਜਣ ਹਾਜ਼ਰੀ ਭਰਨਗੇ, ਇੱਕ ਪਰਿਵਾਰ ਦੇ ਪਿਆਰ ਸੰਸਾਰ, ਬਹੁਤਾ ਸਮਾਂ ਨਹੀਂ ਲਗਾਇਆ ਜਾਏਗਾ। ਮੈਂ ਪਹਿਲੇ ਵੀ ਜ਼ਿਕਰ ਕੀਤਾ ਕਿ 2 ਵਜੇ ਦਾ ਜੋ ਸਮਾਂ ਨਿਯੁਕਤ ਕੀਤਾ, ਲਾਹੌਰੀਆ ਪਰਿਵਾਰ ਬਹੁਤ ਵਧੀਆ ਢੰਗ ਨਾਲ ਸਾਰਾ ਪ੍ਰੋਗਰਾਮ ਇਹਨਾਂ ਨੇ ਲਿਖਿਆ ਕਿ ਜੋ ਸੰਗਤ ਨੂੰ ਸਮਾਂ ਦਿੱਤਾ ਉਹਦੇ ਵਿੱਚ ਰਹਿੰਦੇ ਆ ਸਮਾਪਤੀ ਕਰਨੀ। ਮੈਂ ਸਭ ਤੋਂ ਪਹਿਲੇ ਬੇਨਤੀ ਕਰਾਂਗਾ ਆਪਣੇ ਵੀਰ ਸਰਦਾਰ ਸ਼ਿਵ ਕਮਲ ਸਿੰਘ ਜੀ ਸਮੂਹ, ਉਹ 2 ਵਜੇ ਆਪ ਸੰਗਤ ਦੇ ਸਮੂਹ ਹਾਜ਼ਰੀ ਭਰਨਗੇ। ਇਸ ਤਰ੍ਹਾਂ 2-3 ਸੱਜਣ ਹੋਰ 2-2 ਮਿੰਟ ਦੀ ਹਾਜ਼ਰੀ, ਮੈਂ ਹੱਥ ਜੋੜ ਕੇ ਪਰਿਵਾਰ ਵੱਲੋਂ ਬੇਨਤੀ ਕਰਾਂਗਾ ਬੋਲਣ ਵਾਲੇ ਸੱਜਣਾਂ ਕਿ ਸਮੇਂ ਦਾ ਸੰਕੋਚ ਰੱਖਣਾ, ਧਿਆਨ ਰੱਖਣਾ ਔਰ ਸੰਖੇਪ ਹਾਜ਼ਰੀ ਭਰਨਾ। ਔਰ ਅਦਬ ਅਤੇ ਸਤਿਕਾਰ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ
ਜੇਰੇ ਸਦਾਰਤ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਭਿਆਨਕ ਸਮਾਂ, ਪਰਿਵਾਰਾਂ ਦੇ ਉੱਤੇ ਬਿਪਤਾ ਦੇ ਪਹਾੜ ਟੁੱਟ ਪਏ ਨੇ। ਨਾਜ਼ੁਕ ਹਾਲਾਤਾਂ ਦੇ ਵਿੱਚੋਂ ਗੁਜ਼ਰਦੇ ਹੋਏ ਇਸ ਪੰਡਾਲ ਦੇ ਵਿੱਚ, ਜਿੱਥੇ ਬਹੁਤ ਰਿਸ਼ਤੇਦਾਰ, ਦੋਸਤ, ਮਿੱਤਰ, ਇਲਾਕਾ ਨਿਵਾਸੀ, ਭੈਣ ਭਰਾ ਤਸ਼ਰੀਫ ਫਰਮਾ ਨੇ, ਉੱਥੇ ਇਹਨਾਂ ਦੇ ਨਾਲ ਕਾਕਾ ਪ੍ਰੇਮ ਸਿੰਘ ਲਾਹੌਰੀਆ ਦੇ ਨਾਲ ਜਾਮੇ ਸ਼ਹਾਦਤ ਪਾਉਣ ਵਾਲੇ ਸਰਦਾਰ ਹਰਜਿੰਦਰ ਸਿੰਘ ਵਿੱਕੀ ਦੇ ਪੂਜਨੀਕ ਪਿਤਾ ਜੀ, ਮਾਮਾ ਜੀ, ਮਾਤਾ ਜੀ, ਭੈਣ ਜੀ, ਭੂਆ ਜੀ, ਉਹ ਵੀ ਇੱਥੇ ਪੰਡਾਲ ਦੇ ਵਿੱਚ ਮਲੋਟ ਮੰਡੀ ਸਰਾਵਾਂ ਬੋਦਲਾਂ ਤੋਂ ਆ ਕੇ ਇੱਥੇ ਸੰਗਤ ਵਿੱਚ ਇਸ ਗਮ ਦੀ ਘੜੀ ਵਿੱਚ ਸ਼ਰੀਕ ਨੇ। ਕੱਲ੍ਹ ਇਹ ਪਰਿਵਾਰ ਸਰਾਵਾਂ ਬੋਦਲਾਂ ਵਿਖੇ ਗਮ ਦੇ ਵਿੱਚ ਸ਼ਰੀਕ ਹੋਣ ਦੇ ਲਈ ਉੱਥੇ ਪਹੁੰਚਿਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਮੌਤ ਤੋਂ ਬਾਅਦ ਮਹਾਰਾਜਾ ਖੜਕ ਸਿੰਘ ਕੁਝ ਸਮੇਂ ਲਈ ਲਾਹੌਰ ਦੇ ਤਖ਼ਤ ਉੱਤੇ ਬਿਰਾਜਮਾਨ ਹੋਏ। ਉਹਦੇ ਚਾਹੁੰਦਿਆਂ ਨਾ ਚਾਹੁੰਦਿਆਂ ਉਹਨਾਂ ਦੇ ਇੱਕ ਬਹੁਤ ਕਰੀਬੀ ਦੋਸਤ ਸਰਦਾਰ ਚੇਤ ਸਿੰਘ ਦਾ ਡੋਗਰਿਆਂ ਨੇ ਕਤਲ ਕਰਵਾ ਦਿੱਤਾ। ਚਾਹੁੰਦਾ ਹੋਇਆ ਵੀ ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਖੜਕ ਸਿੰਘ ਉਹਨਾਂ ਨੂੰ ਕੋਈ ਸਜ਼ਾ ਨਾ ਦੇ ਸਕਿਆ। ਇੰਨੇ ਉਪਰਾਮ ਅਤੇ ਬੇਚੈਨ ਹੋ ਗਏ ਕਿ 9 ਮਹੀਨੇ ਬਿਮਾਰ ਰਹਿਣ ਤੋਂ ਬਾਅਦ ਮਹਾਰਾਜਾ ਖੜਕ ਸਿੰਘ ਅਕਾਲ ਚਲਾਣਾ ਕਰ ਗਏ। ਸਿੱਖਾਂ ਦਾ ਇਤਿਹਾਸ, ਸ਼ਾਹ ਮੁਹੰਮਦ ਇੱਕ ਬਹੁਤ ਵੱਡੇ ਮੁਸਲਮਾਨ ਸ਼ਹਿਰ ਨੇ ਸੋਹਣੇ ਢੰਗ ਨਾਲ ਲਿਖਿਆ। ਸ਼ਾਹ ਮੁਹੰਮਦ ਨੇ ਲਿਖਿਆ ਕਿ ਖੜਕ ਸਿੰਘ ਮਹਾਰਾਜ ਨੇ ਤਾ ਮਾਰੀ, ਮੋਇਆ ਮੁੱਢ ਕਦੀਮ ਦਾ ਯਾਰ ਨੀਆਂ, ਸ਼ਾਹ ਮੁਹੰਮਦ ਅਸੀਂ ਸੀ ਨਾਲ ਮਰਨਾ, ਸਾਡਾ ਇਹੋ ਸੀ ਕੌਲ ਅਕਰਾਰ ਨੀਆਂ। ਦੋਨੋਂ ਦੋਸਤ ਪੈਦਾ ਤਾਂ ਵੱਖ ਵੱਖ ਥਾਵਾਂ 'ਤੇ ਹੋਏ, ਇੱਕ ਹੀ ਬਰਾਦਰੀ ਅਤੇ ਇੱਕ ਹੀ ਭਾਈਚਾਰਾ, ਲੇਕਿਨ ਜਾਮੇ ਸ਼ਹਾਦਤ ਵੇਲੇ ਗਲ ਵਕੜੀ ਪਾ ਕੇ ਪ੍ਰਭੂ ਦੇ ਚਰਨਾਂ ਵਿੱਚ ਜਾ ਬਰਾਜੇ ਨੇ। ਕਈ ਵਾਰੀ ਮਨੁੱਖ ਕਿਸੇ ਦੂਸਰੇ ਦੀ ਮੌਤ ਦਾ ਫੈਸਲਾ ਕਰ ਦਿੰਦਾ, ਉਸ ਨੂੰ ਪਤਾ ਨਹੀਂ ਹੁੰਦਾ ਕਿ ਇਹਨਾਂ ਮੌਤਾਂ ਦੇ ਨਾਲ ਕਿੰਨਿਆਂ ਘਰਾਂ ਵਿੱਚ ਸੱਥਰ ਲੈ ਜਾਣਗੇ। ਕੀ ਧਰਵਾਸਾ ਦੇਈਏ ਅਤੇ ਕੀ ਭਰੋਸਾ ਦੇਈਏ ਹਰਜਿੰਦਰ ਸਿੰਘ ਭੁੱਲਰ ਦੇ ਬਜ਼ੁਰਗ ਮਾਂ ਬਾਪ ਨੂੰ, ਕੀ ਭਰੋਸਾ ਦੇਈਏ ਭੈਣ ਜੀ ਮਨਜੀਤ ਕੌਰ ਅਤੇ ਬੀਬਾ ਰਾਜਵਿੰਦਰ ਕੌਰ ਨੂੰ। ਗੁਰਬਾਣੀ ਵਿੱਚ ਲਿਖਿਆ ਕਿ ਜਿਨਕੇ ਬੰਕੇ ਘਰੀ ਨਾ ਆਇਓ, ਤਿੰਨ ਕਿਉਂ ਰਹਿਣ ਵਿਹਾਨੀ। ਜਿਹੜੀ ਗੱਲ ਪੰਜਾਬ ਪੁਲਿਸ ਨੇ ਇਹ ਲਿਖੀ ਹੈ ਜਾਂ ਲੋਕਾਂ ਦੇ ਸਾਹਮਣੇ ਪੇਸ਼ ਕੀਤੀ, ਸਾਰੇ ਪੰਜਾਬ ਦੀ ਧਰਤੀ ਤੋਂ ਕਿਸੇ ਇੱਕ ਵੀ ਬੰਦੇ ਨੂੰ ਗੱਲ ਹਜ਼ਮ ਨਹੀਂ ਹੋਈ। ਬਹੁਤ ਮਹਿਸੂਸ ਹੁੰਦਾ, ਕਾਨੂੰਨ ਕਾਨੂੰਨ ਹੈ ਅਸੀਂ ਸਮਝਦੇ ਹਾਂ, ਲੇਕਿਨ ਜੋ ਕੋਈ ਮਨੁੱਖ ਕਾਨੂੰਨ ਦੇ ਰਸਤੇ 'ਤੇ ਆ ਕੇ ਕਾਨੂੰਨ ਵਿੱਚ ਵਿਚਰਨਾ ਚਾਹੇ, ਅਤੇ ਸਰਕਾਰ ਦੇ ਬੰਦੇ ਜਿਨ੍ਹਾਂ ਨੂੰ ਇਹ ਪਾਲਿਸੀ ਬਣਾ ਕੇ ਉਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਕਾਨੂੰਨ ਵਿੱਚ ਲਿਆਉਣਾ ਚਾਹੀਦਾ ਸੀ, ਉਹਨਾਂ ਦੇ ਨਾਲ ਬੇਵਿਸ਼ਵਾਸੀ ਕਰਕੇ ਜੇ ਕਿਸੇ ਨੂੰ ਮਾਰ ਦਿੱਤਾ ਜਾਂਦਾ
ਤਾਂ ਉਹ ਬਹੁਤ ਵੱਡਾ ਇੱਕ ਦੋਜ਼ਖ ਤੇ ਇੱਕ ਨਰਕਾਂ ਦਾ ਭਾਗੀ ਹੋਣ ਦੇ ਬਰਾਬਰ ਹੈ। ਔਰ ਜਿਹੜੇ ਵੱਡੇ ਅਹਿਲਕਾਰ ਹੁੰਦੇ ਨੇ, ਚਾਹੇ ਅਫੀਸਰ ਹੋਣ, ਚਾਹੇ ਰਾਜਨੀਤੀਵਾਨ ਹੋਣ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੂਗਲ ਦੇ ਉੱਤੇ ਪਾ ਕੇ ਪੰਜਾਬ ਦੇ DGP ਅਤੇ ਸੰਬੰਧਿਤ ਟੀਮ ਨੂੰ ਇਸ ਪੁਲਿਸ ਮੁਕਾਬਲੇ ਤੋਂ ਬਾਅਦ ਬਹੁਤ ਵੱਡੀ ਸ਼ਾਬਾਸ਼ ਦਿੱਤੀ। ਮੈਂ ਤਾਂ ਔਰ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਜਦੋਂ ਚੰਡੀਗੜ੍ਹ ਵਿਖੇ ਆਏ ਅਤੇ ਉਹਨਾਂ ਨੂੰ ਸਪੈਸ਼ਲ ਇੰਝ ਦੱਸਿਆ ਜਿਵੇਂ ਕਿ ਪੰਜਾਬ ਦੀ ਪੁਲਿਸ ਨੇ ਪਾਕਿਸਤਾਨ ਵਿੱਚ ਬੈਠੇ ਹਾਫਿਜ਼ ਸਈਦ ਨੂੰ ਜਾ ਕੇ ਮਾਰ ਦਿੱਤਾ ਹੋਵੇ। ਯਾਰ ਉਹ ਆਪਣੇ ਹੀ ਬੱਚੇ ਹੋਣ, ਅਸੀਂ ਉਹਨਾਂ ਦੀ ਰਖਵਾਲੀ ਕਰਨੀ ਹੋਵੇ, ਅਸੀਂ ਉਹਨਾਂ ਨੂੰ ਸੁਧਾਰਨਾ ਹੋਵੇ, ਅਸੀਂ ਉਹਨਾਂ ਨੂੰ ਬਣਾਉਣਾ ਹੋਵੇ, ਸਰਕਾਰਾਂ ਦੇ ਹੱਥ 'ਚ ਭਵਿੱਖ ਹੁੰਦਾ ਬੱਚਿਆਂ ਦਾ। ਦੋਨੋਂ ਨੌਜਵਾਨ ਜਲੰਧਰ ਦੇ ਸਟੇਟ ਕਾਲਜ ਆਫ ਸਪੋਰਟਸ ਵਿੱਚ ਪੜ੍ਹਦੇ ਸਨ ਅਤੇ ਇਹ ਬਹੁਤ ਵੱਡੇ ਨਾਮੀ ਸਪੋਰਟਸਮੈਨ ਸਨ। ਔਰ ਮੈਂ ਸਮਝਦਾ ਕਿ ਇਹਨਾਂ ਨੇ ਵੱਡੇ ਸਪੋਰਟਸਮੈਨ ਬਣ ਕੇ ਪੰਜਾਬ ਦੀ ਧਰਤੀ ਮਾਂ ਦੀ ਬਹੁਤ ਵੱਡੀ ਸੇਵਾ ਕਰਨੀ ਸੀ। ਲੇਕਿਨ ਮਾਵਾਂ ਦੇ ਦੁੱਖਾਂ ਤਕਲੀਫਾਂ, ਭੈਣਾਂ ਵੀਰਾਂ ਅਤੇ ਧਰਮ ਪਤੀ ਦੀਆਂ ਤਕਲੀਫਾਂ ਨੂੰ ਨਾ ਜਾਣਦੇ ਹੋਏ ਇਹਨਾਂ ਜਰਵਾਨਿਆਂ ਨੇ ਉਹਨਾਂ ਨੂੰ ਮਾਰ ਮੁਕਾ ਕੇ ਇੱਕ ਬਹੁਤ ਵੱਡਾ ਜ਼ੁਲਮ ਅਤੇ ਬਹੁਤ ਵੱਡਾ ਤਰੋਹ ਕੀਤਾ। ਸਾਧ ਸੰਗਤ ਜੀ, ਪੰਜਾਬ ਦੀ ਧਰਤੀ 'ਤੇ ਅੱਤਵਾਦ ਦੇ ਹਾਲਾਤ ਰਹੇ, ਪੰਜਾਬ ਦੀ ਧਰਤੀ 'ਤੇ ਕਈ ਤਸ਼ੱਦਦ ਅਤੇ ਬੇਇਨਸਾਫੀਆਂ ਹੋਈਆਂ, ਤਾਂ ਉਦੋਂ ਇੱਕ ਸ਼ਹਿਰ ਨੇ ਦੋ ਲਾਈਨਾਂ ਲਿਖੀਆਂ ਸੀ, ਕਹਿੰਦਾ ਨਾ ਖਤਰਾ ਕਾਲੀਆਂ ਗਿਰਜਾਂ ਨੂੰ, ਨਾ ਖਤਰਾ ਕਾਲਿਆਂ ਕਾਵਾਂ ਨੂੰ, ਜਿਨ੍ਹਾਂ ਦੇ ਪੁੱਤ ਗਵਾਚਣਗੇ, ਖਤਰਾ ਹੈ ਉਹਨਾਂ ਮਾਵਾਂ ਨੂੰ। ਬਹੁਤ ਸਾਰਾ ਸਮਾਂ ਤੁਸੀਂ ਬੜੇ ਲੰਮੇ ਸਮੇਂ ਤੋਂ ਬੈਠੇ ਹੋ, ਅਸੀਂ ਸਰਕਾਰ ਰਾਗੀ ਸਿੰਘਾਂ ਨੇ, ਕਥਾਵਾਚਕ ਸਿੰਘਾਂ ਨੇ ਆਪਦਾ ਧਾਰਮਿਕ ਦੌਰ ਵਿੱਚ ਬੜੇ ਸੁਚੱਜੇ ਵਿਖਿਆਨ ਪੇਸ਼ ਕੀਤੇ ਨੇ। ਮੈਂ ਇੱਕ ਰਾਜਨੀਤਿਕ ਵਿਅਕਤੀ ਹਾਂ, ਪਰਿਵਾਰ ਦਾ ਮੈਂਬਰ ਹਾਂ ਅਤੇ ਬਹੁਤ ਨੇੜਿਓਂ ਦੋਨਾਂ ਪਰਿਵਾਰਾਂ ਨੂੰ ਮੈਂ ਜਾਣਦਾ। ਔਰ ਮੈਂ ਸਮਝਦਾ ਕਿ ਸਰਕਾਰ ਨੇ ਮਝੈਲਾਂ 'ਤੇ ਪੁੱਤ ਮਾਰ ਕੇ ਬਹੁਤ ਮਾੜਾ ਬੁਰਾ ਕੰਮ ਕੀਤਾ ਹੈ। ਔਰ ਜਦੋਂ ਕਿਸੇ ਦਾ ਮਾਰ ਦਈਏ ਤਾਂ ਉਹ ਜਿਹਦੇ ਨਾਲ ਘਟਨਾ ਵਾਪਰਦੀ ਉਹਨੂੰ ਪਤਾ ਹੁੰਦਾ, ਪਤਾ ਨਹੀਂ। ਸਰਦਾਰ ਪ੍ਰੇਮ ਸਿੰਘ ਲਾਹੌਰੀਏ ਦੇ ਪੜਦਾਦਾ, ਜਲੰਧਰ ਸ਼ਹਿਰ 35% ਮੈਂ ਇਮਾਨਦਾਰੀ ਨਾਲ ਕਹਿ ਸਕਦਾ ਲਾਹੌਰੀਆਂ ਦੀ ਜ਼ਮੀਨ 'ਤੇ ਵਧਿਆ ਫੁੱਲਿਆ। ਇਹ ਸਾਰਾ ਸ਼ਹਿਰ ਇਹਨਾਂ ਦਾ ਪਾਕਿਸਤਾਨ ਦਾ ਪਿੰਡ ਗੁਹਾਵਾ ਲਾਹੌਰ ਦੀ ਚੁੰਗੀ ਦੇ ਵਿੱਚ ਸੀ, ਤਾਂ ਹੀ ਇਹਨਾਂ ਨੂੰ ਜਲੰਧਰ ਸ਼ਹਿਰ ਵਿੱਚ ਅਰਬਨ ਕਲੇਮ ਮਿਲਿਆ ਅਤੇ ਸ਼ਹਿਰ ਵਿੱਚ ਕਿਸੇ ਨੂੰ 10 ਕਿੱਲੇ, ਕਿਸੇ ਨੂੰ 15 ਕਿੱਲੇ, ਕਿਸੇ ਨੂੰ 20 ਕਿੱਲੇ, ਕਿਸੇ ਨੂੰ 30 ਕਿੱਲੇ ਜ਼ਮੀਨਾਂ ਮਿਲੀਆਂ ਅਤੇ ਸ਼ਹਿਰ ਦੇ ਨਿਵਾਸੀ ਲਾਹੌਰ ਦੇ ਲੋਕ ਹੋਏ। ਇਹ ਘਟਨਾ ਦੱਸ ਕੇ ਮੈਂ ਆਪਣੀ ਜਾਂ ਥਾਂ 'ਤੇ ਬੈਠਾਂਗਾ। ਜਦੋਂ ਗੁਹਾਵੇ ਤੋਂ ਤੁਰੇ ਸਰਦਾਰ ਤਰਲੋਕ ਸਿੰਘ ਲਾਹੌਰੀਆ, ਸਰਦਾਰ ਮੰਗਲ ਸਿੰਘ ਇਹਨਾਂ ਦੇ ਦਾਦਾ ਦੇ ਪਿਤਾ ਜੀ, ਤਾਂ ਉਦੋਂ ਇੱਕ ਰੋਸ਼ਨ ਖਾਨ ਮੁਸਲਮਾਨ ਨੇ ਪਰਿਵਾਰ ਦੀਆਂ ਬਹੁ ਬੇਟੀਆਂ ਅਤੇ ਪਰਿਵਾਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਲਲਕਾਰ ਕੇ ਸਰਦਾਰ ਤਰਲੋਕ ਸਿੰਘ ਨੇ ਕਿਹਾ, ਰੋਸ਼ਨ ਯਾਦ ਰੱਖੀ, ਸਮਾਂ ਆਏਗਾ ਤੈਨੂੰ ਆ ਕੇ ਜ਼ਰੂਰ ਮਿਲਾਂਗੇ। ਔਰ 7 ਬੰਦਿਆਂ ਨੇ ਸੌਂ ਖਾਧੀ, ਉੱਥੋਂ ਲਾਹੌਰ ਦੀ ਧਰਤੀ ਤੋਂ ਤੁਰ ਲੱਗਿਆਂ ਨੇ ਕਿ ਰੋਸ਼ਨ ਜੇ ਤੇਰੇ ਨੂੰ ਨਾ ਟੱਕਰੇ ਤਾਂ ਲਾਹੌਰੀਆਂ ਦੇ ਪੁੱਤ ਨਹੀਂ ਹੋਵਾਂਗੇ। ਔਰ ਇੱਥੇ ਆ ਕੇ ਸੈਟਲ ਹੋਏ 52, 54, 55, ਜਦ 5ਵੀਂ ਵਾਰ ਜਾ ਕੇ 7 ਬੰਦਿਆਂ ਨੇ ਰੋਸ਼ਨ ਖਾਨ ਨੂੰ ਗੁਹਾਵੇ ਦੀ ਧਰਤੀ 'ਤੇ ਪਾਣੀ ਲਾਉਂਦਾ ਸੀ ਸ਼ੇਰ ਬੱਗਾ, ਤਾਂ ਉਹਨੂੰ ਉਸ ਵੇਲੇ
ਆਪਦੀ ਬੇਇੱਜ਼ਤੀ ਦਾ ਬਦਲਾ ਲਾਹੌਰ ਦੇ ਲੋਕਾਂ ਨੇ ਜਾ ਕੇ ਲਿਆ। ਲਾਹੌਰ ਕੋਈ ਛੋਟੀ ਮੋਟੀ ਗੱਲ ਨਹੀਂ। ਅੱਜ ਵੀ ਕਹਿ ਜਾਂਦਾ ਕਿ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ। ਤਾਂ ਜਿਨ੍ਹਾਂ ਨੂੰ ਤਖਲਸ ਲਾਹੌਰੀਆਂ ਦਾ ਮਿਲਿਆ, ਜਿਨ੍ਹਾਂ ਦਾ ਪਿਛੋਕੜ ਲਾਹੌਰ ਦਾ ਮਿਲਿਆ, ਉਹ ਕੋਈ ਛੋਟੀ ਮੋਟੀ ਗੱਲ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਰਾਵੀ ਦਰਿਆ ਦੇ ਕੰਢੇ 'ਤੇ ਭਗਤੀ ਕਰਿਆ ਕਰਦੇ ਸਨ। ਬਾਬਾ ਬੁੱਢਾ ਜੀ ਘਰੋਂ ਦੁੱਧ ਦਾ ਕਰਮੰਡਲ ਲਿਆ ਕੇ ਪਿਲਾਉਂਦੇ ਸਨ। ਮਾਤਾ ਨੇ ਪਿੱਛਾ ਕੀਤਾ ਕਿ ਮੇਰਾ ਪੁੱਤ ਵਿਗੜ ਗਿਆ ਅਤੇ ਸਾਧਾ ਨੂੰ ਦੁੱਧ ਪਿਲਾਉਂਦਾ। ਉਹਨਾਂ ਨੇ ਆ ਕੇ ਵੇਖਿਆ ਤਾਂ ਉਹਨਾਂ ਨੂੰ ਇੱਕ ਬਜ਼ੁਰਗ ਦਿਸੇ। ਉਹਨਾਂ ਨੇ ਕਿਹਾ, ਬਾਬਾ ਜੀ ਮੇਰਾ ਪੁੱਤ ਤੁਹਾਡੇ ਕੋਲ ਆਇਆ। ਤਾਂ ਗੁਰੂ ਸਾਹਿਬ ਨੇ ਕਿਹਾ, ਦੇਖ ਲਓ। ਤਾਂ ਉਹਨਾਂ ਨੇ ਕਿਹਾ ਕਿ ਦੁੱਧ ਦਾ ਕਰਮੰਡਲ ਲੈ ਕੇ ਆਇਆ। ਤਾਂ ਗੁਰੂ ਸਾਹਿਬ ਨੇ ਕਿਹਾ, ਭਾਈ ਜਿੰਨਾ ਮਰਜ਼ੀ ਦੁੱਧ ਲੈ ਜਾਓ। ਜਦੋਂ ਨਜ਼ਰ ਮਾਰੀ ਤਾਂ ਰਾਵੀ ਦੁੱਧ ਦੇ ਨਾਲ ਵਗ ਰਹੀ ਸੀ ਅਤੇ ਮਾਤਾ ਨੇ ਮੱਥਾ ਟੇਕ ਕੇ ਵਾਪਸ ਮੁੜ ਗਈ। ਗੁਰੂ ਨਾਨਕ ਮਹਾਰਾਜ ਜੀ ਨੇ ਅਸੀਸ ਦਿੱਤੀ ਕਿ ਰਾਵੀ ਦਾ ਪਾਣੀ ਦੁੱਧ ਦਾ ਕੰਮ ਕਰੇਗਾ। ਰਾਵੀ ਦਾ ਪਾਣੀ ਪੀਣ ਵਾਲਿਆਂ ਦੀਆਂ ਅਕਲਾਂ ਅਤੇ ਸ਼ਕਲੀਆਂ ਜੱਗ ਤੋਂ ਵੱਖਰੀਆਂ ਹੋਣਗੀਆਂ ਅਤੇ ਰਾਵੀ ਵਾਲਿਆਂ ਦੀ ਸੋਚ ਵੀ ਬਹੁਤ। ਸਤਿਗੁਰ ਉਹਨਾਂ 'ਤੇ ਸਦਾ ਸਦਾ ਵਾਸਤੇ ਦਿਆਲ ਰਹੇਗਾ। ਬਹੁਤ ਸਾਰੇ ਹਸਤੀਆਂ ਨੇ ਹਾਲੇ ਹੋਰ ਵੀ ਟਾਈਮ ਲਾਉਣਾ, ਮੈਂ ਉਹਨਾਂ 'ਤੇ ਤੁਹਾਡੇ ਦਰਮਿਆਨ ਬਹੁਤਾ ਸਮਾਂ ਨਾ ਲੈਂਦਾ ਹੋਇਆ ਸਮੁੱਚੇ ਇਲਾਕੇ ਵੱਲੋਂ ਇਸ ਮੰਗ ਦੀ ਤਾਇਦ ਕਰਦਾ। ਚਾਹੇ ਮਲੋਟ ਮੰਡੀ ਸਰਾਵਾਂ ਬੋਲਾਂ ਹੋਵੇ, ਚਾਹੇ ਜਲੰਧਰ ਸ਼ਹਿਰ ਹੋਵੇ, ਕਿ ਇਸ ਕਾਂਡ ਦੀ ਜਾਂਚ ਰਾਜਸਥਾਨ ਹਾਈ ਕੋਰਟ ਦੇ ਕਿਸੇ ਜੱਜ ਤੋਂ ਜਾਂ CBI ਤੋਂ ਹੋਣੀ ਚਾਹੀਦੀ। ਕਸੂਰਵਾਰ ਅਧਿਕਾਰੀਆਂ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ, ਤਾਂ ਕਿ ਅੱਗੇ ਤੋਂ ਜਿਹੜਾ ਰਸਤਾ ਬੰਦ ਹੋ ਗਿਆ, ਜਿਹੜਾ ਮੁੱਖ ਧਾਰਾ ਬਚਾਉਣ ਦੀ ਜਿਹੜੀ ਇੱਕ ਵਿਸ਼ਵਾਸ ਖਤਮ ਹੋ ਗਿਆ, ਉਦੋਂ ਨੂੰ ਠੱਲ ਪਾਈ ਜਾ ਸਕੇ। ਵਾਹਿਗੁਰੂ ਉਸ ਮਹਾਨ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਪਰਿਵਾਰ ਰਿਸ਼ਤੇਦਾਰਾਂ ਅਤੇ ਸਖੀ ਸੁਨੱਈਆਂ ਨੂੰ ਇਸ ਭਾਣੇ ਨੂੰ ਮੰਨਣ ਦੀ ਸ਼ਮਤਾ ਅਤੇ ਹਿੰਮਤ ਬਖਸ਼ੇ। ਕਿਸੇ ਸ਼ਹਿਰ ਨੇ ਦੋ ਲਾਈਨਾਂ ਲਿਖੀਆਂ, ਕਹਿੰਦਾ, ਓਏ ਪਿੱਪਲ ਦਿਆ ਪੱਤਿਆ, ਟੁੱਟੇ ਡਾਹਨ ਤਾਂ ਜੁੜਦੇ ਨਹੀਂ, ਰੁੱਸੇ ਤਾਂ ਮੁੜੇ ਆਉਣ, ਮੋਏ ਕਦ ਮੁੜਦੇ ਨਹੀਂ। ਹਰਦਮ ਸ਼ੁਕਰ ਹੈ ਤੇਰਾ, ਸ਼ਿਕਵਾ ਨਾ ਕੋਈ ਗਿਲਾ ਹੈ, ਹਮ ਹੈ ਸਿਮੇ ਰਾਜੀ, ਜਿਸਮੇ ਤੇਰੀ ਰਜਾ ਹੈ, ਜਿਸਮੇ ਤੇਰੀ ਰਜਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਦੁੱਧ ਭਾਈ ਸੂਈ ਜਪ, ਜੋ ਪ੍ਰਭ ਜੀ ਉਪਾਵੈ, ਭਾਣੇ ਪੂਰ ਗਿਆਨ ਹੈ। ਗੁਰਬਾਣੀ ਇੱਕ ਐਸੀ ਧਾਰਸ ਹੈ, ਐਸਾ ਬਲ ਹੈ, ਐਸੀ ਤਾਕਤ ਹੈ, ਜਿਸ ਤਰ੍ਹਾਂ ਇੱਕ ਬਿਲਡਿੰਗ ਨੂੰ ਥੰਮੇ ਦਾ ਸਹਾਰਾ ਹੁੰਦਾ ਹੈ। ਡੋਲਦੇ ਹੋਏ ਮਨ ਵਾਸਤੇ ਗੁਰਬਾਣੀ ਬਹੁਤ ਵੱਡੀ ਤਾਕਤ ਔਰ ਸਹਾਰਾ ਹੈ। ਜਿਉਂ ਮੰਦਰ ਕੋ ਥੰਮੇ ਥੰਮ, ਕਿਉਂ ਗੁਰ ਕਾ ਸ਼ਬਦ ਮਨੇ ਉਸਦਾ। ਇਸ ਬਾਣੀ ਦਾ ਬਲ ਹੈ ਇਸ ਪਰਿਵਾਰ ਦੇ ਕੋਲ, ਔਰ ਸਤਿਗੁਰੂ ਇਸ ਬਲ ਨੂੰ ਹੋਰ ਪ੍ਰਫੁੱਲਿਤ ਕਰ। ਮੈਂ ਬੇਨਤੀ ਕਰਾਂਗਾ ਸਰਦਾਰ ਕੁਲਵੰਤ ਸਿੰਘ ਜੀ ਦਾ ਨੂੰ, ਤਿੰਨਾਂ ਨੂੰ ਉਹ ਦੋ ਲਫ਼ਜ਼ ਆਪ ਸੰਗਤ ਨਾਲ ਸਾਂਝੇ ਕਰਨਗੇ ਔਰ ਬੋਲਣ ਵਾਲੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੋਦ ਵਿੱਚ ਜੁੜ ਬੈਠੀ ਹੋਈ ਦੂਰੋਂ ਨੇੜੇ ਆਈ ਸਮੁੱਚੀ ਸਾਧ ਸੰਗਤ ਜੀ, ਸਾਰੇ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਸਵਰਗੀ ਪ੍ਰੇਮ ਸਿੰਘ ਲਾਹੌਰੀਆ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਇਕੱਠੇ ਹੋਏ ਹਾਂ। ਗੁਰਬਾਣੀ ਦੇ ਵਿੱਚ ਦਰਜ ਹੈ, ਮਰਨ ਲਿਖਾਏ ਮੰਡਲ ਮੈਂ ਆਏ। ਸਤਿਗੁਰੂ ਦੀ ਮਰਜ਼ੀ ਤੋਂ ਬਗੈਰ ਇਸ ਸੰਸਾਰ ਤੋਂ ਨਹੀਂ ਆਇਆ ਜਾਂਦਾ। ਸਤਿਗੁਰੂ ਦੀ ਮਰਜ਼ੀ ਹੈ ਅਤੇ ਅਸੀਂ ਇੱਥੇ ਆਏ ਹਾਂ, ਅਤੇ ਜੇ ਸਤਿਗੁਰੂ ਦੀ ਮਰਜ਼ੀ ਜਿੰਨਾ ਤੱਕ ਹੈ ਉਹਨੇ ਤੱਕ ਹੀ ਰਹਿਣਾ ਹੈ, ਜਿੰਨੀ ਅਸੀਂ ਲਿਖਾ ਕੇ ਆਏ।
ਅਤੇ ਜਦੋਂ ਮਨੁੱਖ ਜਾਂਦਾ ਹੈ ਨਾ, ਉਹ ਵੀ ਐਵੇਂ ਨਹੀਂ ਜਾਂਦਾ, ਉਹ ਵੀ ਸਤਿਗੁਰ ਦੀ ਮਰਜ਼ੀ ਉਹਦੇ ਹੁਕਮ ਨਾਲ ਹੀ ਜਾਂਦਾ ਹੈ। ਜ਼ਿੰਦਗੀ ਚੀਰੀ ਦਰਗਾਹ ਪਾਟੀ ਤਿੰਨਾ ਮਰਣਾ ਪਾਈ, ਜਿਹਦੀ ਦਰਿਆ 'ਚ ਦਰਗਾਹ 'ਚ ਕੰਨੀ ਘੱਟਦੀ ਹੈ ਉਹ ਇੱਥੋਂ ਜਾਂਦਾ ਜਿਹਨੂੰ ਅਸੀਂ ਮਰਨਾ ਕਹਿ ਦਿੰਦੇ ਹਾਂ। ਅਤੇ ਗੁਰਬਾਣੀ ਦੇ ਵਿੱਚ ਹਰ ਗੱਲ ਦਾ ਜਵਾਬ ਹੈ। ਗੁਰਬਾਣੀ ਨੇ ਮਾਂ ਨੂੰ ਵੀ ਗੁਰੂ ਦਾ ਦਰਜਾ ਦਿੱਤਾ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਪਹਿਲਾਂ ਗੁਰੂ ਮਾਂ ਹੈ, ਫਿਰ ਗੁਰੂ ਪਿਤਾ ਹੈ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਸਾਡੇ ਹਰ ਵੇਲੇ ਗੁਰੂ ਨੇ। ਜਦੋਂ ਅਸੀਂ ਸਾਰੇ ਜਿੱਦਣ ਅਸੀਂ ਸੰਸਕਾਰ ਕਰਨ ਜਾ ਰਹੇ ਸੀ, ਇਹ ਦੁਨੀਆਂ 'ਤੇ ਨਹੀਂ ਮੈਂ ਕਹਿੰਦਾ, ਪਰ ਮੈਂ ਆਪਣੀ ਜ਼ਿੰਦਗੀ ਦਾ ਮੇਰਾ ਦੇਖਿਆ ਵੀ ਇਹੋ ਜਿਹਾ ਸੰਸਕਾਰ ਕਿਸੇ ਸੂਰਮੇ ਯੋਧੇ ਬਹਾਦਰ ਦਾ ਹੀ ਹੁੰਦਾ, ਜਿਹਦੇ ਵਿੱਚ ਨਿਰੋਲ ਬਾਣੀ ਦਾ ਪਾਠ ਕੀਤਾ ਗਿਆ ਹੋਵੇ, ਜੰਕਾਰਿਆਂ ਦੀ ਗੂੰਜ ਵਿੱਚ ਉੱਥੇ ਅਸੀਂ ਸਾਰੇ ਗਏ, ਉੱਥੇ ਜੰਕਾਰਿਆਂ ਦੀ ਗੂੰਜ ਵਿੱਚ ਸੰਸਕਾਰ ਹੋਇਆ, ਔਰ ਇੱਕ ਜੰਕਾਰਾ ਨਹੀਂ ਲੱਗਾ, ਅਨੇਕਾਂ ਜੰਕਾਰੇ ਲੱਗੇ। ਪਤਾ ਨਹੀਂ ਕਿੰਨੇ ਮੋਬਾਈਲ ਫੋਨ ਜਿਹੜੇ ਸਾਰੇ ਲਾਈਵ ਚੱਲਦੇ ਹੋਣ। ਇਹੋ ਜਿਹਾ ਮਰਨਾ ਵੀ ਰੱਬ ਕਹੇ ਬਿਰਲੇ ਬਿਰਲੇ ਨੂੰ ਦਿੰਦਾ, ਜਿਹੜੇ ਸੂਰਮੇ ਨੇ, ਜਿਹੜੇ ਯੋਧੇ ਨੇ, ਜਿਹੜੇ ਬਹਾਦਰ ਨੇ, ਜਿਹੜੇ ਹੱਕ ਵੀ ਕਰਦੇ ਨੇ। ਮਾਂ ਆਪਣੇ ਬੱਚਿਆਂ ਵਾਸਤੇ ਕੀ ਨਹੀਂ ਕਰਦੀ? ਮਾਂ ਬੱਚੇ ਨੇ ਜਨਮ ਨਹੀਂ ਲਿਆ ਅਤੇ ਮਾਂ ਉਹਨੂੰ ਲਾਡ ਲੜਾਉਂਦੀ ਹੈ, ਸੂਰਮਿਆਂ ਯੋਧਿਆਂ ਬਹਾਦਰਾਂ ਪੀਰਾਂ ਫਕੀਰਾਂ ਪੈਗੰਬਰਾਂ ਦੀਆਂ ਉਹਨੂੰ ਕਹਾਣੀਆਂ ਸੁਣਾਉਂਦੀ ਹੈ। ਬੱਚਾ ਜਨਮ ਲੈਂਦਾ, ਬੜੀਆਂ ਖੁਸ਼ੀਆਂ ਹੁੰਦੀਆਂ ਹੈ, ਸਕੂਲ ਭੇਜਦੇ ਨੇ, ਸਕੂਲੋਂ ਛੁੱਟੀ ਭਾਵੇਂ 1 ਵਜੇ ਹੋਣੀ ਹੋਵੇ ਅਤੇ ਮਾਂ ਸਕੂਲ ਦੇ ਗੇਟ ਅੱਗੇ 12 ਵਜੇ ਜਾ ਕੇ ਖਲੋ ਰਹਿੰਦੀ ਹੈ ਅਤੇ ਬੈੱਲ ਦੀ ਉਡੀਕ ਕਰਦੀ ਹੈ, ਟੱਲੀ ਦੀ ਉਡੀਕ ਕਰਦੀ ਹੈ, ਕਦੋਂ ਛੁੱਟੀ ਹੋਵੇ, ਮੇਰਾ ਲਾਲ ਕਦੋਂ ਬਾਹਰ ਆਵੇ, ਉਹਨੂੰ ਚੁੱਕਦੀ ਹੈ, ਮੂੰਹ ਨਾਲ ਲਾਉਂਦੀ ਹੈ, ਲਾਡ ਲਡਾਉਂਦੀ ਹੈ, ਉਹਨੂੰ ਘਰ ਖਾਣਾ ਜਾ ਕੇ ਦਿੰਦੀ ਹੈ, ਕਿਹੜੇ ਕਿਹੜੇ ਲਾਡ ਮਾਂ ਨਹੀਂ ਲਡਾਉਂਦੀ। ਉਹ ਮਾਂ ਸੋਚਦੀ ਹੈ, ਮਾਂ ਦੇ ਦਿਲ 'ਚ ਹੁੰਦਾ ਹੈ ਵੀ ਮੈਂ ਇਹ ਮੇਰਾ ਬੁਢੇਪੇ ਦਾ ਸਹਾਰਾ ਬਣੇਗਾ, ਇਹ ਵੱਡਾ ਹੋ ਕੇ ਮੇਰੀ ਸੇਵਾ ਕਰੇਗਾ। ਉਹਦੇ ਵਿੱਚੋਂ ਮਾਂ ਆਪਣੇ ਸੁੱਖ ਪਾਲਦੀ ਹੈ, ਸੁੱਖ ਪਾਲਦਿਆਂ ਪਾਲਦਿਆਂ ਬੱਚੇ ਦਾ ਵਿਆਹ ਵੀ ਕਰਦੇ ਨੇ, ਚੰਗਾ ਘਰ ਵੇਚਦੇ ਨੇ। ਪਰ ਜਦੋਂ ਇਹ ਦਰਮਿਆਨ ਮਾਂ ਦੇ ਕੋਲੋਂ ਪੁੱਤ ਦੂਰ ਹੋ ਜਾਵੇ, ਜਿਨ੍ਹਾਂ ਮੋਢਿਆਂ 'ਤੇ ਮਾਂ ਨੇ ਜਾਣਾ ਸੀ ਉਹਨਾਂ ਮੋਢਿਆਂ 'ਤੇ, ਮਾਂ ਦੇ ਮੋਢਿਆਂ 'ਤੇ ਪੁੱਤ ਜਾਵੇ, ਤਾਂ ਇਹਦੋਂ ਦੁੱਖ ਵਾਲੀ ਕਿਹੜੀ ਗੱਲ? ਮਾਂ ਨੇ ਮਾਂ ਪੁੱਤਾਂ ਦੇ ਮੋਢਿਆਂ 'ਤੇ ਜਾਣਾ, ਅਤੇ ਜੇ ਪੁੱਤ ਮਾਂ ਦੇ ਮੋਢਿਆਂ 'ਤੇ ਜਾਣ ਤਾਂ ਇਹਦੋਂ ਮਾੜੀ ਹੋਰ ਕਿਹੜੀ ਗੱਲ ਹੋ ਸਕਦੀ? ਅਸੀਂ ਇੱਥੇ ਰਹੇ ਹਾਂ, ਲੰਮੇ ਸਮੇਂ ਤੋਂ ਅਸੀਂ ਇੱਥੇ ਹਾਂ, ਅਸੀਂ ਇਹ ਪਰਿਵਾਰ ਦੇ ਨਾਲ ਇਹ ਪਰਾਏ ਸਤਿਗੁਰ ਦੀ ਪਰਾਏ, ਕੋਈ ਝੂਠ ਨਹੀਂ। ਅਸੀਂ ਅੱਜ ਤੱਕ ਕੋਈ ਇੱਦਾਂ ਦੀ ਗੱਲ ਨਹੀਂ ਸੁਣੀ ਜਿਹੜੀ ਸਾਨੂੰ ਨਾ ਚੰਗੀ ਲੱਗਦੀ ਹੋਵੇ। ਅਸੀਂ ਇਲਾਕੇ ਦੇ ਨਿਵਾਸ ਵਾਸਤੇ ਸੁਖਬੀਰ ਸਿੰਘ ਲਾਹੌਰੀਆ ਸਾਹਿਬ ਨੂੰ ਪ੍ਰਧਾਨ ਬਣਾਇਆ, ਪ੍ਰਧਾਨ ਇਹ ਘਰ ਬੈਠੇ ਨੇ ਅਤੇ ਹਾਂ ਇਹਨਾਂ ਨੂੰ ਪ੍ਰਧਾਨ ਬਣਾਇਆ, ਅਸੀਂ ਕੋਈ ਕਿਸੇ ਨੂੰ ਦਬਾਅ ਹਨੇਰੇ ਬਣਾਉਂਦੇ। ਬਾਬਾ ਬੁੱਢਾ ਜੀ ਵੈਲਫੇਅਰ ਸੁਸਾਇਟੀ ਬਣੀ ਹੈ ਅਤੇ ਅਸੀਂ ਉਹਦੇ, ਮੈਂ ਸੈਕਟਰੀ ਹਾਂ, ਜਨਰਲ ਸੈਕਟਰੀ ਹਾਂ, ਜਿੱਥੇ ਵੀ ਕੋਈ ਇੱਥੇ ਕਾਰੋਬਾਰ ਹੁੰਦੇ ਨੇ ਅਸੀਂ ਉਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਾਉਂਦੇ ਹਾਂ। ਇਹ ਬੱਚੇ ਸਾਡੇ ਨਾਲ ਵਿੱਚ ਹੋ ਕੇ ਉਹਨੂੰ ਸਾਰਾ ਕਾਰਜ ਨੂੰ ਸਿਰੇ ਚੜਾਉਂਦੇ ਨੇ। ਇਹਦੋਂ ਵੱਡੀ ਦੇਸ਼ ਭਗਤੀ ਕਿਹੜੀ ਹੋ ਸਕਦੀ ਆ ਵੀ 15 ਅਗਸਤ ਅਤੇ 26 ਜਨਵਰੀ ਅਸੀਂ ਹਰ ਸਾਲ ਮਨਾਈਏ। ਜੋ ਵੀ ਇੱਥੋਂ ਦੇ ਲੀਡਰ ਸਾਹਿਬਾਨ ਨੇ ਉਹ ਕਿਸੇ ਵੀ ਪਾਰਟੀ ਦਾ ਹੋਵੇ, ਸਾਂਝਾ ਤੌਰ 'ਤੇ ਅਸੀਂ ਉੱਥੇ ਮਨਾਉਂਦੇ ਹਾਂ। ਅਸੀਂ ਇਹ ਨਹੀਂ ਆਖਿਆ ਇਹ ਕਾਂਗਰਸ ਦੇ ਨੇ, BJP ਦੇ ਨੇ, ਅਕਾਲੀਆਂ ਦੇ, ਅਸੀਂ ਸਾਰਿਆਂ ਨੂੰ ਸੰਪੂਰਨ ਸੱਤਾ ਦਿੰਦੇ ਹਾਂ। ਇਹਦੇ ਨਾਲੋਂ ਵੱਡਾ ਜਿਹੜਾ ਵਾ ਹਿਤੈਸ਼ੀ ਦੇਸ਼ ਦਾ ਕੀ ਹੋ ਸਕਦਾ? ਕੋਈ ਇਹੋ ਜਿਹੀ ਸੰਸਥਾ ਹੈ ਜਿਹੜੀ ਸਾਰਿਆਂ ਨੂੰ ਇੱਕੋ ਸਟੇਜ 'ਤੇ ਸਾਧੀ ਹੈ? ਅਸੀਂ ਸਾਰਿਆਂ ਨੂੰ ਇੱਕੋ ਸਟੇਜ 'ਤੇ ਸਾਧਦੇ, ਮਹਾਰਾਜ ਜੀ ਮੇਰਾ ਬਸ ਟੈ ਨਹੀਂ ਹੈ, ਕੋਈ ਨਹੀਂ, ਸਾਰਿਆਂ ਨੂੰ ਇੱਕੋ ਸਟੇਜ 'ਤੇ ਸਾਧਦੇ। ਇੱਥੇ ਕੋਈ ਇਲਾਕੇ ਨੂੰ ਬਾਬਾ ਬੁੱਢਾ ਜੀ ਨਗਰ ਦੇ ਨਾਲ ਕੋਈ ਨਹੀਂ ਸੀ ਜਾਣਦਾ,
ਰੱਖੀ ਵਾਲੇ ਨੂੰ ਪੁੱਛਦੇ ਸੀ ਉੱਥੇ ਜਾਣਾ ਅਤੇ ਉਹਨੂੰ ਪਤਾ ਨਹੀਂ ਲੱਗਦਾ ਵੀ ਕਿੱਥੇ ਜਾਣਾ। ਅੱਜ ਇਹ ਦੁਨੀਆਂ ਦੇ ਕੋਨੇ ਵਿੱਚ ਬਾਬਾ ਬੁੱਢਾ ਜੀ ਨਗਰ ਹੈ, ਹਾਊਸ ਪਾ ਹਾਊਸ 'ਚੋਂ ਸਾਰੀਆਂ ਚੀਜ਼ਾਂ ਕਾਰਪੋਰੇਸ਼ਨ 'ਚੋਂ ਪਾਸ ਕਰਾਈਆਂ, ਐਪੋਲੋ ਪਾਸ ਕਰਾਇਆ, 120 ਫੁੱਟ ਰੋਡ ਕਰਾਇਆ, ਅਤੇ ਇੱਕ ਇਹ ਬਾਬਾ ਬੁੱਢਾ ਜੀ ਨਗਰ ਵੀ ਇਹ ਪਾਸ ਕਰਾਇਆ। ਇਹ ਕਿੰਨਾ ਨੇ ਕਰਾਇਆ? ਇਹ ਸਾਡੇ ਨਾਲ ਸਨ, ਇਹਨਾਂ ਨਾਲ ਹੋ ਕੇ ਲੋਹੜੀਆ ਸਾਹਿਬ ਜਿੰਨਾ ਵੀ ਸਮੁੱਚਾ ਪਰਿਵਾਰ ਬੈਠਾ ਹੈ ਇਹਨਾਂ ਨੇ ਸਾਰਿਆਂ ਨੇ ਇਹਦੇ ਵਿੱਚ ਯੋਗਦਾਨ ਪਾਇਆ ਅਤੇ ਲਗਾਤਾਰ ਪਾ ਰਹੇ ਨੇ। ਮੈਂ ਕਹਿੰਦਾ ਵੀ ਇੱਥੇ ਅਸੀਂ ਅੱਜ ਤੱਕ ਕੋਈ ਨਹੀਂ ਵੇਖੀ, ਪਰ ਅਸੀਂ ਇਹਨਾਂ ਹਾਕਮਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਤੁਸੀਂ ਇੰਨਾ ਹੀ ਕੋਈ ਦਬਾਅ ਬਣਾ ਦਿੰਦੇ ਹੋ ਜਿਹੜਾ ਕਿਸੇ ਨੂੰ ਗਾਂਹ ਪਛਾਣ ਹੋਣਾ ਪਵੇ, ਜੇ ਇੱਧਰ ਉੱਧਰ ਹੋਣਾ ਪਵੇ ਤਾਂ ਤੁਸੀਂ ਮਗਰ ਮਗਰ ਹੋਵੋ। ਇਹੋ ਜਿਹੇ ਦਬਾਅ ਹੀ ਬਣਾਉਂਦੇ ਕਿਉਂ ਹਾਂ? ਅਸੀਂ ਕਿਉਂ ਇਹੋ ਜਿਹੇ ਹਾਲਾਤ ਪੈਦਾ ਕਰਦੇ ਹਾਂ ਕਿ ਬੱਚੇ ਸਾਡੇ ਤੋਂ ਪਿੱਠ ਫੋੜਨ? ਇਹ ਹੁਣ ਜਿਹੜੀ ਸ਼ਰਧਾਂਜਲੀ ਦੀ ਗੱਲ ਹੈ, ਮੈਂ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਦਾ ਵੀ ਜਿੰਨੀਆਂ ਵੀ ਸਾਡੀਆਂ ਧੀਆਂ ਨੇ ਭੈਣਾਂ ਨੇ ਸੱਸ ਸਹੁਰੇ ਦੀ ਸੇਵਾ ਕਰੋ, ਆਪਣੇ ਮਾਤਾ ਪਿਤਾ ਦੀ ਸੇਵਾ ਕਰੋ। ਇਹ ਸ਼ਰਧਾਂਜਲੀ ਜੇ ਜਿੱਥੇ ਵੀ ਕਿਤੇ ਜਾਓ ਆਪਣੀ ਮਾਂ ਦੇ ਆਪਣੇ ਪਿਤਾ ਦੇ ਚਰਨਾਂ ਨੂੰ ਹੱਥ ਲਾ ਕੇ ਆਪਣੇ ਸਿਰ ਨੂੰ ਹੱਥ ਲਾਓ। ਜੇ ਅਸੀਂ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ ਤਾਂ ਫਿਰ ਜੇ ਅਸੀਂ ਅੱਗੋਂ ਕਰਨੀ ਨਹੀਂ ਜਾ ਕੇ ਤਾਂ ਫਿਰ ਅਸੀਂ ਵੀ ਇੱਥੇ ਟਾਈਮ ਲਾਉਣ ਆਉਂਦੇ ਹਾਂ ਔਰ ਅਸੀਂ ਕੋਈ ਕੁਛ ਨਹੀਂ ਕਰਨ ਆਉਂਦੇ, ਇੱਕ ਫਾਰਮੈਲਿਟੀਆਂ ਨੂੰ ਲਾਈਏ। ਜਿਸ ਘਰ ਦੇ ਵਿੱਚ ਮਾਤਾ ਜੀ ਨੇ ਅਤੇ ਪਿਤਾ ਜੀ ਨੇ ਜਾਂ ਮਾਤਾ ਜੀ ਨੇ, ਉਹ ਤੀਰਥ ਆ, ਇੱਕ ਤੀਰਥ ਤੁਰਨ ਲੱਗੇ ਮਾਂ ਦੇ ਚਰਨਾਂ ਦੇ ਹੱਥ ਲਾਓ, ਮਾਂ ਨੂੰ ਦੱਸ ਕੇ ਜਾਓ, ਮਾਂ ਨੂੰ ਹੋਣ ਲੱਗੇ ਪੁੱਛੋ। ਮਾਂ ਦਾ ਕਦੀ ਇਹ ਵੀ ਕਮਰਾ ਦੇਖਿਆ ਮੇਰੀ ਮਾਂ ਕਿੱਥੇ ਸੁਣਦੀ ਹੈ? ਇਹ ਅਸੀਂ ਪਿਆਰ ਕਰਨੇ ਨੇ ਅਤੇ ਫਿਰ ਮੈਂ ਸਮਝਾਂਗਾ ਸਾਡੀ ਮਾਤਾ ਜੀ ਦਾ ਜਿਹੜਾ ਦੁੱਖ ਹੈ ਨਾ, ਜਿਹੜਾ ਦਰਦ ਹੈ ਨਾ, ਉਹ ਘੱਟ ਜਾਏਗਾ, ਉਹ ਘੱਟ ਜਾਏਗਾ। ਇਹ ਹੁਣ ਸਾਡੇ ਸਿਰ 'ਤੇ ਆ ਕਿ ਅਸੀਂ ਮਾਤਾ ਜੀ ਦਾ ਕਿੰਨਾ ਕਰਨਾ ਹੈ। ਇਹ ਮਾਤਾ ਜੀ ਦਾ ਜਿਗਰਾ ਤੁਸੀਂ ਵੇਖ ਹੀ ਲਿਆ, ਮਾਂ ਜਿਹੜੀ ਹੈ ਨਾ, ਮਾਂ ਇੰਨੀ ਪਰੇਸ਼ਾਨ ਹੋ ਜਾਂਦੀ ਹੈ। ਮਾਂ ਜਿਸ ਮਾਂ ਦਾ ਪੁੱਤ ਚਲਾ ਜਾਵੇ, ਜਵਾਨ ਪੁੱਤ ਚਲਾ ਜਾਵੇ, ਜਿੰਨੇ ਉਹਨੇ ਵਿਆਹ ਕਰਨੇ ਨੇ, ਨੋਹਾਂ ਲਿਆਉਣੀਆਂ, ਬੱਚੇ ਲਿਆਉਣੇ, ਸਾਰਾ ਕੁਝ ਕਰਨਾ ਹੈ, ਉਹ ਮਾਂ ਡਿੱਗ ਜਾਂਦੀ ਹੈ ਯਾਰ, ਉਹ ਮਾਂ ਹਾਰ ਜਾਂਦੀ ਹੈ। ਪਰ ਮਾਂ, ਮੈਂ ਮਾਂ ਦੇ ਚਰਨਾਂ 'ਚ ਵੀ ਹੱਥ ਸੱਚੇ ਪਾਤਸ਼ਾਹ ਅੱਗੇ ਜੋੜਨਾ, ਇਹ ਮੇਰੀ ਮਾਂ, ਇਹ ਤੂੰ ਸਾਡੇ ਨਗਰ ਦੀ ਮਾਂ ਹੈ, ਅਸੀਂ ਤੁਹਾਡੇ ਚਰਨਾਂ 'ਚ ਹਰ ਵੇਲੇ ਤੁਹਾਡੇ ਕੋਲ ਅਸ਼ੀਰਵਾਦ ਲਿਆ ਕਰਾਂਗੇ। ਸੋ ਮੈਂ ਇੰਨਾ ਕੁਝ ਕਹਿੰਦਾ ਆਇਆ, ਕੋਈ ਵੱਧ ਘੱਟ ਬੋਲਿਆ ਹੋਵੇ ਤਾਂ ਕਿਵੇਂ ਦਾ ਅੱਜਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਅਗਰਾਜ ਜੀ, ਸ਼੍ਰੀ ਯੋਗੇਸ਼ ਕੌਂਸਲਰ ਜੀ, ਸਰਦਾਰ ਸੁੱਚਾ ਸਿੰਘ ਜੀ, ਇਹ ਧਾਰਮਿਕ ਸਾਰੇ ਸਿੰਘ ਰਾਜਦੇਸ਼ ਮਾਲਕ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਸਮਾਗਮ ਵਿੱਚ ਭਾਈ ਸੁਰਜੀਤ ਸਿੰਘ ਜੀ ਹਾਜ਼ਰ ਕਰ ਰਹੇ ਨੇ। ਧੰਨਵਾਦ ਜੀ, ਆਓ ਖੁੱਲ੍ਹ ਸਰ। ਸੱਚੇ ਪਾਤਸ਼ਾਹ ਸਾਹਿਬ ਹਜ਼ੂਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅਤੇ ਪਵਿੱਤਰ ਗੋਦਾ ਨਿਕਲਿਆ ਕੇ ਸੰਤਾਨ, ਆਓ ਸਭ ਤੋਂ ਪਹਿਲੇ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਸੱਜਣ, ਰਿਸ਼ਤੇਦਾਰ, ਇਲਾਕਾ ਨਿਵਾਸੀ, ਆਪਣੇ ਛੋਟੇ ਵੀਰ, ਛੋਟੇ ਭਰਾ, ਹਰਦੇਵ ਅਜ਼ੀਜ਼, ਸਰਦਾਰ ਪ੍ਰੇਮ ਸਿੰਘ ਲਾਹੌਰੀਆ ਜੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਏ। ਜਿਵੇਂ ਮੇਰੇ ਤੋਂ ਪਹਿਲਾਂ ਮੇਰੇ ਲਈ ਬਹੁਤ ਸਤਿਕਾਰਯੋਗ ਸੰਧੂ ਸਾਹਿਬ ਦੱਸ ਕੇ ਗਏ ਹੈ ਵੀ ਜਿਹੜਾ ਜਲੰਧਰ ਦਾ ਇਹ ਬੈਸਟ ਏਰੀਆ 35% ਜਿਹੜਾ ਇਹ ਲਾਹੌਰੀਆ ਪਰਿਵਾਰ ਦੇ ਅੰਜ ਵਿੱਚ ਵਸਿਆ ਹੈ। ਸਰਦਾਰ ਮੰਗਲ ਸਿੰਘ ਜੀ ਲਾਹੌਰੀਆ, ਜਿਨ੍ਹਾਂ 'ਤੇ ਹਰ ਇੱਕ ਜ਼ਰੂਰਤਮੰਦ ਇਨਸਾਨ ਫਖਰ ਕਰਦਾ ਹੈ,
ਜਿਹਨੇ ਜ਼ਿਕਰ ਵੀ ਸਰਦਾਰ ਮੰਗਲ ਸਿੰਘ ਲਾਹੌਰੀਆ ਨੇ ਆਪਣਾ ਜੀਵਨ ਜੀਆ, ਗਰੀਬਾਂ ਦੇ ਹਿੱਤਾਂ ਲਈ ਜੀਆ, ਉਸੇ ਤਰ੍ਹਾਂ ਉਹਨਾਂ ਦੇ ਪੋਤਰੇ, ਉਹਨਾਂ ਦੇ ਪੁੱਤਰ ਸਵਰਗੀ ਸਰਦਾਰ ਦਰਸ਼ਨ ਸਿੰਘ ਜੀ, ਮੇਰੇ ਬਹੁਤ ਸਤਿਕਾਰਯੋਗ ਸਰਦਾਰ ਅਰਜਨ ਸਿੰਘ ਜੀ ਅਤੇ ਮੇਰੇ ਪਰਿਵਾਰਕ ਮੈਂਬਰ ਸਰਦਾਰ ਸੁਖਵੀਰ ਸਿੰਘ ਜੀ ਲਾਹੌਰੀਆ। ਇਹ ਲਾਹੌਰੀਆ ਪਰਿਵਾਰ ਜੋ ਹੈ, ਇਹ ਇਲਾਕੇ ਦੀ ਸ਼ਾਨ ਹੈ। ਇਹਨਾਂ ਦੇ ਭਤੀਜੇ, ਇਹਨਾਂ ਦੇ ਪੁੱਤਰ ਸਰਦਾਰ ਪ੍ਰੇਮ ਸਿੰਘ ਜੀ ਲਾਹੌਰੀਆ ਸੱਚੇ ਪਾਤਸ਼ਾਹ ਨੇ ਜਿੰਨੇ ਸਵਾਸ ਉਸ ਰੂਹ ਨੂੰ ਦਿੱਤੇ ਸਨ, ਉਹ ਆਪਣੇ ਸਵਾਸਾਂ ਨੂੰ ਭੋਗਦੇ ਹੋਏ ਗੁਰੂ ਚਰਨਾਂ ਦੇ ਵਿੱਚ ਜਾ ਕੇ ਲੀਨ ਹੋ ਗਏ ਨੇ। ਕਿਉਂਕਿ ਗੁਰੂ ਸਾਹਿਬ ਨੇ ਵੀ ਕਿਹਾ, ਤੇਰਾ ਪਾਣਾ ਮਿੱਠਾ ਲੱਗਿਆ। ਗੁਰੂ ਸਾਹਿਬ ਜੋ ਕਰਦੇ ਹੈ ਉਹਦੀ ਮੌਜ ਹੈ। ਜਿਵੇਂ ਪਾਠੀ ਸਿੰਘ ਜੀ ਬੋਲ ਰਹੇ ਸਨ ਅਤੇ ਮੈਂ ਸੁਣ ਰਿਹਾ ਸੀ ਇੱਕ ਦੀਵੇ ਦੀ ਕਹਾਣੀ। ਜਦੋਂ ਦੀਵਾ ਜਲਣ ਤੋਂ ਪਹਿਲਾਂ ਟੁੱਟ ਜਾਵੇ ਤਾਂ ਵਾਕਈ ਮਾਲਕਾਂ ਨੂੰ ਦੁੱਖ ਹੁੰਦਾ, ਜਿਵੇਂ ਅੱਜ ਲਾਹੌਰੀਆ ਪਰਿਵਾਰ ਨੂੰ ਦੁੱਖ ਹੈ। ਉਹ ਦੀਵੇ ਨੇ ਅਜੇ ਹੋਰ ਜਗਣਾ ਸੀ, ਪਰ ਜਦੋਂ ਦੀਵਾ ਪੂਰਾ ਜਗ ਕੇ ਬੁੱਝ ਜਾਵੇ, ਉਹ ਟੁੱਟ ਜਾਵੇ, ਦੁੱਖ ਤਾਂ ਹੁੰਦਾ ਪਰ ਪਰਮਾਤਮਾ ਅੱਗੇ ਕਹਿੰਦਾ ਚਲੋ ਇਹ ਆਪਣੇ ਜੀਵਨ ਪੂਰਾ ਕਰਕੇ ਗਿਆ। ਜਿਵੇਂ ਗੁਰੂ ਸਾਹਿਬ ਦੀਆਂ ਲਾਈਨਾਂ ਲਕੀਰਾਂ ਦੀ ਗੱਲ ਕੀਤੀ ਹੈ, ਉਸੇ ਤਰ੍ਹਾਂ ਜਿੱਥੇ ਗੁਰੂ ਸਾਹਿਬ ਬੜੇ ਦਇਆਵਾਨ ਨੇ, ਉੱਥੇ ਹੀ ਜਦੋਂ ਮੌਤ ਦੀ ਘੜੀ ਆ ਜਾਏ ਤਾਂ ਉੱਥੇ ਉਹਦਾ ਫੈਸਲਾ ਵੀ ਬੜਾ ਅਟਲ ਹੈ। ਜਿੰਨੇ ਸਵਾਸ ਸਾਡੇ ਸਾਰਿਆਂ ਦੇ ਮਿੱਤਰ ਪ੍ਰੇਮਾ ਲਾਹੌੜੀਆ ਜੀ ਨੂੰ ਦਿੱਤੇ, ਉਹ ਆਪਣੇ ਸਵਾਸ ਪੂਰੇ ਕਰਦਾ ਹੋਇਆ ਗੁਰੂ ਚਰਨਾਂ ਜਾ ਵਿਰਾਜਿਆ। ਜਿਵੇਂ ਦਾਲਮ ਸਾਹਿਬ ਦੱਸ ਕੇ ਗਏ ਹੈ ਕਿ ਇਹ ਲਾਹੌਰੀਆ ਪਰਿਵਾਰ ਇਹ ਇਲਾਕੇ ਦੀ ਸ਼ਾਨ ਹੈ, ਕਿਉਂਕਿ ਸਾਡੀ ਸੰਸਥਾ ਦੁਸਹਿਰਾ ਮਨਾਉਂਦੀ ਹੈ। ਸਾਨੂੰ 3 ਸਾਲ ਪਹਿਲਾਂ ਦੁਸਹਿਰਾ ਮਨਾਉਣ ਨੂੰ ਜਗ੍ਹਾ ਨਹੀਂ ਮਿਲੀ ਅਤੇ ਮੈਂ ਸੁਖਵੀਰ ਲਾਹੌਰੀਆ ਜੀ ਕੋਲ ਆਇਆ। ਮੈਂ ਕਿਹਾ ਲਾਹੌਰੀਆ ਸਾਹਿਬ ਤੁਹਾਡੀ ਉਹ ਜ਼ਮੀਨ ਆ, ਅਤੇ ਇਹਨਾਂ ਨੇ ਮੈਨੂੰ ਇਹ ਗੱਲ ਕਹੀ, ਮੈਨੂੰ ਯਾਦ ਹੈ, ਕਹਿੰਦੇ ਖੁੱਲਰ ਸਾਹਿਬ ਜਿੰਨੀ ਦੇਰ ਤੱਕ ਅਸੀਂ ਉੱਥੇ ਕੁਛ ਬਣਾਉਂਦੇ ਨਹੀਂ ਓਨੀ ਦੇਰ ਤੱਕ ਇਲਾਕੇ ਦੇ ਵਿਕਾਸ ਲਈ, ਇਲਾਕੇ ਦੇ ਕੰਮ ਲਈ ਜੇਕਰ ਸਾਡੀ ਜਗ੍ਹਾ ਸਾਡੇ ਰੁਪਈਏ ਤੁਹਾਡੇ ਕੰਮ ਆਉਂਦੇ ਆ ਤਾਂ ਅਸੀਂ ਗੁਰੂ ਚਰਨਾਂ ਦੇ ਦਾਸ ਹੋ ਕੇ ਕਰਦੇ ਹਾਂ। ਇਸੇ ਤਰ੍ਹਾਂ ਹੀ ਅਰਜਨ ਸਿੰਘ ਲਾਹੌਰੀਆ ਜੀ ਜੋ ਕਿ ਗਰੋਵਰ ਕਲੋਨੀ ਦੇ ਵਿੱਚ, ਜਿਨ੍ਹਾਂ ਨੇ ਬਹੁਤ ਨਾਮ ਉਹਨਾਂ ਦਾ, ਚਾਹੇ ਸਾਡੀਆਂ ਪਾਰਟੀਆਂ ਅਲੱਗ ਹੋਣ ਪਰ ਅਸੀਂ ਪਰਿਵਾਰਕ ਤੌਰ 'ਤੇ, ਕਿਉਂਕਿ ਮੇਰਾ ਇਹੀ ਇਲਾਕਾ, ਇਸ ਇਲਾਕੇ 'ਚ ਰਹਿੰਦੇ ਹਾਂ, ਮੈਂ ਦੇਖ ਰਿਹਾ ਅੱਜ ਲਾਹੌਰੀਆ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਦੁੱਖ ਸਾਂਝਾ ਕਰਨ ਲਈ ਮੇਰਾ ਛੋਟਾ ਵੀਰ ਭਾਰਤੀ ਜਨਤਾ ਪਾਰਟੀ SC ਮੋਰਚਾ ਪੰਜਾਬ ਜਨਰਲ ਸੈਕਟਰੀ ਸ਼੍ਰੀ ਸ਼ੀਤਲ ਅਗਰਾਲ ਜੀ, ਮੇਰੇ ਬਹੁਤ ਸਤਿਕਾਰਯੋਗ ਛੋਟੇ ਵੀਰ ਐਡਵੋਕੇਟ ਸੰਧਾ ਸਾਹਿਬ, ਸਰਦਾਰ ਬਲਦੇਵ ਸਿੰਘ ਜੀ ਦੇਵ ਸਾਬਕਾ ਕੌਂਸਲਰ, ਸਾਡੇ ਇਲਾਕੇ ਦੇ ਕੌਂਸਲਰ ਸਰਦਾਰ ਸ਼੍ਰੀ ਮਦਨ ਲਾਲ ਜੀ ਖਿੰਦਰ ਅਤੇ ਹੋਰ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਲਾਹੌਰੀਆ ਪਰਿਵਾਰ ਦੇ ਨਾਲ ਅੱਜ ਦੁੱਖ ਸਾਂਝਾ ਕਰਨ ਆਈਆਂ। ਮੈਂ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਅਖੀਰ ਦੇ ਵਿੱਚ ਆਪਣੇ ਵੱਲੋਂ, ਆਪਣੀ ਸਾਰੀ ਏਕਲੂਰ ਵੈਲਫੇਅਰ ਸੁਸਾਇਟੀ ਵੱਲੋਂ ਅਤੇ ਆਪਣੇ ਪਰਿਵਾਰ ਵੱਲੋਂ ਅਤੇ ਸ਼ੀਤਲ ਅੰਗਰਾਜ ਜੀ ਵੱਲੋਂ ਪਰਮ ਪਿਤਾ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ, ਹੇ ਸੱਚੇ ਪਾਤਸ਼ਾਹ ਇਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣਾ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਪਰਿਵਾਰ ਹਮੇਸ਼ਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਅਤੇ ਅਖੀਰ ਦੇ ਵਿੱਚ ਸਵਰਗੀ ਸਰਦਾਰ ਦਰਸ਼ਨ ਸਿੰਘ ਜੀ, ਮਾਤਾ ਮਨਜੀਤ ਕੌਰ ਜੀ ਅਤੇ ਮੇਰੀ ਛੋਟੀ ਭੈਣ ਰਵਿੰਦਰ ਕੌਰ ਜੀ ਨੂੰ ਵੀ ਇਹ ਸਦਮਾਸ਼ਾਂ ਦਾ ਬਲ ਬਖਸ਼ਣਾ। ਵੱਧ ਘੱਟ ਸ਼ਬਦ ਕਹਿ ਗਿਆ ਹੋਵਾਂ, ਖੀਵਾਂ ਦਾ ਜਾ ਚੱਕਾਂ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।
ਸਨਮੁਖ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਧੰਨਵਾਦ। ਮੈਂ ਬੇਨਤੀ ਕਰਾਂਗਾ ਸਰਦਾਰ ਸਿਮਰਨਜੀਤ ਸਿੰਘ ਜੀ ਐਡਵੋਕੇਟ, ਜੋ ਕਿ ਸਰਦਾਰ ਰਣਵੀਰ ਸਿੰਘ ਜੀ ਮਹਾਨ ਗਰੁੱਪ ਵੱਲੋਂ ਪਰਿਵਾਰ ਲਈ ਹਮਦਰਦੀ ਪੱਤਰ ਲੈ ਕੇ ਪਹੁੰਚੇ ਨੇ, ਉਹ ਦੋ ਲਫ਼ਜ਼ ਆਪ ਸੰਗਤ ਦੇ ਸਨਮੁਖ ਕਹਿਣਗੇ ਜੀ। ਸਰਦਾਰ ਸਿਮਰਨਜੀਤ ਸਿੰਘ ਜੀ ਐਡਵੋਕੇਟ। ਸੰਗਤ ਜੀ, ਅੱਜ ਜਿਹੜੀ ਵੀ ਆ ਸਰਦਾਰ ਪ੍ਰੇਮ ਸਿੰਘ ਲਾਹੌਰੀਆ ਦੇ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਏ ਰਿਸ਼ਤੇਦਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬੜੇ ਦੁੱਖ ਦੀ ਗੱਲ ਹੈ ਕਿ 26 ਜਨਵਰੀ ਨੂੰ ਜਦੋਂ ਇਸ ਦੇਸ਼ ਦਾ ਜਿਹੜਾ ਸੰਵਿਧਾਨ ਹੈ ਜਿਹਨੂੰ ਲਾਗੂ ਕਰਨ ਨੂੰ ਮਨਾਇਆ ਜਾਂਦਾ ਹੈ, ਇਹ ਜਿਹੜਾ ਸੰਵਿਧਾਨ ਹੈ ਇਹਦਾ ਆਰਟੀਕਲ 21 ਇਸ ਗੱਲ ਦੀ ਇੰਸ਼ੋਰੈਂਸ ਦਿੰਦਾ ਹੈ ਕੋਈ ਵੀ ਵਿਅਕਤੀ ਜਿਹੜਾ ਬਿਨਾਂ ਕਿਸੇ ਵੀ ਪ੍ਰੋਸੀਜਰ, ਜਿਹੜਾ ਕਾਨੂੰਨ ਦਾ ਪ੍ਰੋਸੀਜਰ ਹੈ ਉਸ ਤੋਂ ਬਿਨਾਂ ਜਿਹੜਾ ਫਾਈਲ ਨਹੀਂ ਲਾਇਆ ਜਾ ਸਕਦਾ। ਔਰ ਇਹ ਪੰਜਾਬ ਪੁਲਿਸ ਨੇ 26 ਜਨਵਰੀ ਨੂੰ ਇਸ ਕਾਨੂੰਨ ਦੀਆਂ ਆਪਦੇ ਸੰਵਿਧਾਨ ਦੀਆਂ ਤੱਜੀਆਂ ਅਡਾਉਂਦੇ ਹੋਏ ਇਹ ਜਿਹੜਾ ਝੂਠਾ ਪੁਲਿਸ ਮੁਕਾਬਲਾ ਕੀਤਾ, ਵਿੱਚ ਇਹਨਾਂ 3 ਨੌਜਵਾਨਾਂ ਦਾ ਜਿਹੜਾ ਇਨਕਾਊਂਟਰ ਕਰਕੇ ਇਹਨਾਂ ਨੇ ਸ਼ਹੀਦ ਕਰ ਦਿੱਤਾ। ਔਰ ਜਿਹੜਾ ਇਹ ਦੌਰ ਹੈ, ਇਹ ਜਿਹੜਾ ਹੁਣ ਸ਼ੁਰੂ ਕੀਤਾ ਹੈ ਪੰਜਾਬ ਪੁਲਿਸ ਨੇ, ਇਹ ਤਕਰੀਬਨ 20-25 ਸਾਲ ਪਹਿਲੇ ਵੀ ਇਹੀ ਦੌਰ ਸੀ। ਜਿਹੜੀ ਪੰਜਾਬ ਪੁਲਿਸ ਹੈ ਪਹਿਲੇ ਸਮੇਂ ਦੇ ਵਿੱਚ ਇਹ ਕਹਿ ਦਿੰਦੀ ਸੀ ਵੀ ਇਹ ਅੱਤਵਾਦੀ ਨੇ, ਇਨੋਸੈਂਟ ਮੁੰਡਿਆਂ ਨੂੰ ਅੱਤਵਾਦੀ ਦਾ ਨਾਂ ਦੇ ਕੇ ਇਹਨਾਂ ਨੇ 30-35 ਹਜ਼ਾਰ ਪੰਜਾਬ ਦਾ ਜਿਹੜਾ ਮੁੰਡਾ ਹੈ ਸ਼ਹੀਦ ਕਰ ਦਿੱਤਾ। ਹੁਣ ਇੱਕ ਨਵਾਂ ਦੌਰ ਚੱਲਿਆ ਜਿਹਦੇ ਵਿੱਚ ਇਹਨਾਂ ਨੇ ਦੇਖਿਆ ਕਿ ਜਿਹੜਾ ਪੰਜਾਬ ਦਾ ਨੌਜਵਾਨ ਹੈ ਇਹਨਾਂ ਨੇ ਪੂਰੇ ਦੁਨੀਆ ਨੂੰ ਲੀਡ ਕਰਨਾ, ਹਿੰਦੁਸਤਾਨ ਨੂੰ ਲੀਡ ਕਰਨਾ। ਹੁਣ ਇਹਨਾਂ ਨੇ ਪਿਛਲੇ ਦੌਰ ਦੇ ਵਿੱਚ ਪੰਜਾਬ ਦੇ ਨੌਜਵਾਨ ਨੂੰ ਨਸ਼ਈ ਬਣਾ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ, NDPS ਐਕਟ ਬਣਾ ਦਿੱਤਾ, ਉਹਦੇ ਵਿੱਚ ਫੜ ਫੜ ਕੇ ਹਜ਼ਾਰਾਂ ਮੁੰਡੇ ਜੇਲ੍ਹ 'ਚ ਬੰਦ ਕੀਤੇ ਹੋਏ। ਇਹ ਜਿਹੜੀ ਹੁਣ ਨਵੀਂ ਅਮਰਿੰਦਰ ਦੀ ਸਰਕਾਰ ਆਈ ਹੈ ਇਹਦੇ ਵਿੱਚ ਵੀ ਜਿਹੜੀ ਪੁਰਾਣੀ ਰੂਹ ਸੀ ਕਾਂਗਰਸ ਦੀ, ਜਿਹੜੇ ਜੋ ਬੇਅੰਤ ਸਿੰਘ ਕਰਦਾ ਸੀ, ਇਹਨੇ ਵੀ ਅੱਜ ਉਹ ਵੀ ਨਕਸ਼ੇ ਕਦਮਾਂ 'ਤੇ ਚੱਲਣਾ ਸ਼ੁਰੂ ਕਰ ਦਿੱਤਾ। ਔਰ ਇਹ ਜਿਹੜੇ ਨੌਜਵਾਨ ਨੇ, ਇਹ ਸਾਰਿਆਂ ਨੂੰ ਪਤਾ ਕਿ ਜਿਹੜੇ ਇਹ ਖੂਨ ਹੈਗਾ, ਚਾਹੇ ਇਹ ਨਕਸਲਾਈਟ ਦੇ ਸਮੇਂ ਵਿੱਚ ਜਦੋਂ ਵੀ ਜਿਹੜਾ ਪੰਜਾਬੀ ਸਿੱਖ ਨੌਜਵਾਨ ਹੈ ਖਾਸ ਤੌਰ 'ਤੇ ਇਹਦਾ ਖੂਨ ਖੋਲਦਾ, ਪਹਿਲਾਂ ਤਾਂ ਹਿੰਦੁਸਤਾਨ ਦੀ ਸਰਕਾਰ ਨੇ ਨਕਸਲਾਈਟ ਦੇ ਨਾਂ ਹੇਠ ਜਿਹੜਾ ਇਹ ਕਤਲੇਆਮ ਕੀਤਾ, ਫਿਰ ਇਹ ਅੱਤਵਾਦ ਦੇ ਨਾਂ 'ਤੇ ਸ਼ੁਰੂ ਕਰ ਦਿੱਤਾ, ਅਤੇ ਹੁਣ ਜਿਹੜਾ ਇਹ ਨਵਾਂ ਦੌਰ ਸ਼ੁਰੂ ਕਰ ਦਿੱਤਾ ਕਿ ਇਹ ਗੈਂਗਸਟਰਸ ਹੈਗੇ ਨੇ ਜੀ, ਇਹਨਾਂ ਨੂੰ ਫੜੋ ਅਤੇ ਸ਼ੂਟ ਕਰ ਦਿਉ। ਮੈਂ ਇੱਥੇ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਗੈਂਗਸਟਰ ਦੀ ਗੱਲ ਕਰਦੇ ਨੇ, ਸਭ ਤੋਂ ਵੱਡਾ ਜਿਹੜਾ ਕ੍ਰਿਮੀਨਲ ਵਿੰਗ ਹੈ ਉਹ ਪੰਜਾਬ ਪੁਲਿਸ ਹੈਗੀ ਹੈ। ਅੱਜ ਜਿਹੜਾ ਪੰਜਾਬ ਦਾ DGP ਸੁਮੇਧ ਸੈਣੀ ਹੈ ਉਹਦੇ ਉੱਪਰ CBI ਨੇ 2 ਕਤਲ ਦੇ ਕੇਸ ਦਰਜ ਕੀਤੇ ਨੇ। ਹਾਈ ਕੋਰਟ ਨੇ ਸਟ੍ਰਿਕਚਰਸ ਪਾਸ ਕੀਤੀਆਂ ਨੇ ਕਿ ਉਹਨੇ ਹਾਈ ਕੋਰਟ ਦੇ ਸਿਟਿੰਗ ਜੱਜ ਨੂੰ ਕੋਰਟ ਦੇ ਵਿੱਚ ਜਾ ਕੇ ਥ੍ਰੈਟ ਕੀਤਾ। ਉਸ ਬੰਦੇ ਨੇ ਹਾਈ ਕੋਰਟ ਦੇ ਜੱਜ ਜਸਟਿਸ ਮਹਿਤਾਬ ਸਿੰਘ ਅਤੇ ਇੱਕ ਹੋਰ ਜੱਜ ਦੀਆਂ ਜਿਹੜੀਆਂ ਨੇ ਕਾਲ ਡਿਟੇਲਸ ਵੀ ਰਿਕਾਰਡ ਕੀਤੀਆਂ ਨੇ। ਇਹੋ ਜਿਹੜੇ ਕ੍ਰਿਮੀਨਲ ਬੰਦੇ ਨੇ ਇਹ ਪਿਛਲੀ ਅਕਾਲੀ ਗੌਰਮੈਂਟ ਦੇ ਵਿੱਚ ਵੀ DGP ਸੀ ਅਤੇ ਅੱਜ ਵੀ DGP ਹੈ। ਇਵੇਂ
ਇਹ ਤੁਹਾਡੇ ਜ਼ਿਲ੍ਹੇ ਦਾ ਹੀ ਇੱਕ ਆਈ ਸੀ ਪ੍ਰਮੋਟ ਕੀਤਾ ਹੋਇਆ ਪਰਮਰਾਜ ਉਮਰਾ ਰੰਗਨ, ਜਿਹਨੇ ਕਾਲੇ ਫਕਾਨੇ ਤੋਂ ਇੱਕ ਬੰਦਾ ਚੱਕਿਆ, ਉਹਦਾ ਐਨਕਾਊਂਟਰ ਕੀਤਾ। ਐਨਕਾਊਂਟਰ ਕਰਨ ਤੋਂ ਬਾਅਦ ਇਹਨੇ ਆਪਦਾ ਇਨਾਮ ਵੀ ਲੈ ਲਿਆ ਅਤੇ ਤਰੱਕੀ ਵੀ ਲੈ ਲਈ। ਹੁਣ 5-7 ਸਾਲ ਪਹਿਲੇ ਉਹ ਬੰਦਾ ਜਿਉਂਦਾ ਆ ਗਿਆ, ਭਾਈ ਮੈਂ ਤਾਂ ਜਿਉਂਦਾ ਜਾਗਦਾ, ਅਸੀਂ ਪੰਜਾਬ ਪੁਲਿਸ ਕੋਲੇ ਉਹ ਵੀ ਲੜਾਈ ਲੜ ਰਹੇ ਹਾਂ। ਇੱਥੇ ਜਿਹੜੀ ਇਨਸਾਫ ਵਾਲੀ ਗੱਲ ਨਹੀਂ ਹੈਗੀ, ਜਿਹੜੀ ਇਹ ਪੰਜਾਬ ਪੁਲਿਸ ਹੈ ਇਹ ਤਾਂ ਆਪ ਜਿਹੜੀ ਹੈ ਇਹ ਗੈਂਗਸਟਰ ਕ੍ਰਿਮੀਨਲ ਹੈਗੇ ਆ। 1400 ਬੰਦਾ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ, ਜਿਹਨੂੰ ਜਿਹੜੀਆਂ ਨੇ ਹਾਈ ਕੋਰਟਸ ਦੇ ਵਿੱਚੋਂ ਥੱਲੇਲੀਆਂ ਅਦਾਲਤਾਂ ਦੇ ਵਿੱਚੋਂ ਸਜ਼ਾ ਹੋ ਗਈ ਹੈ, ਫਿਰ ਵੀ ਉਹ ਨੌਕਰੀ ਕਰ ਰਹੇ। ਸੋ ਇਹ ਜਿਹੜੀ ਅਮਰਿੰਦਰ ਸਿੰਘ ਇਹ ਗੱਲ ਕਰ ਰਿਹਾ, ਇਹ ਬਿਲਕੁਲ ਮਿਸਲੀਡ ਕਰ ਰਿਹਾ ਲੋਕਾਂ ਨੂੰ। ਇਹ ਬੜੀ ਦੁੱਖ ਵਾਲੀ ਗੱਲ ਹੈ। ਇਹ ਜਿਹੜੇ ਨੌਜਵਾਨ ਨੇ, ਇਹ ਸਾਡੇ ਪੰਜਾਬ ਦੇ ਨੌਜਵਾਨ ਨੇ ਜਿਨ੍ਹਾਂ ਨੇ ਪੰਜਾਬ ਨੂੰ ਲੀਡ ਕਰਨਾ ਸੀ, ਇਹਨਾਂ ਦੇ ਤੇਵਰ ਤਾਂ ਬਾਕੀ ਹੋ ਗਏ ਨੇ ਕਿਉਂਕਿ ਇਹਨਾਂ ਦੀ ਸੁਣਵਾਈ ਨਹੀਂ ਹੈ। ਸਰਕਾਰਾਂ ਮੁੰਡਿਆਂ ਨੂੰ ਪਹਿਲੇ ਤਾਂ ਝੂਠੇ ਪਰਚਿਆਂ 'ਚ ਉਲਝਾ ਲੈਂਦੀਆਂ ਨੇ, ਫਸਾ ਕੇ ਫਿਰ ਇਹ ਬਦਨਾਮ ਕਰਕੇ ਜਿਹੜੇ ਆ ਇਸ ਕਿਸਮ ਦੇ ਝੂਠੇ ਮੁਕਾਬਲੇ ਸ਼ੁਰੂ ਹੋ ਗਏ ਨੇ, ਜਿਹੜੀ ਬਹੁਤ ਹੀ ਮਾੜੀ ਗੱਲ ਹੈ। ਸੋ ਅਸੀਂ ਇਸ ਵਿਸ਼ੇ ਦੇ ਵਿੱਚ ਇਨਕਾਊਂਟਰ ਤੋਂ ਨੈਕਸਟ ਹੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਵੀ ਲਿਖ ਦਿੱਤਾ ਸੀ, ਔਰ ਜਿਹੜਾ ਪੰਜਾਬ ਦਾ ਸਾਡਾ ਹਾਈ ਕੋਰਟ ਦੇ ਚੀਫ ਜਸਟਿਸ ਨੇ ਔਰ ਰਾਜਸਥਾਨ ਵਾਲੇ ਨੇ ਕਿ ਬੜਾ ਸੀਰੀਅਸ ਮੈਟਰ ਹੈਗਾ ਕਿ ਜਿਹੜਾ ਝੂਠਾ ਪਰਚਾ ਦਰਜ ਕੀਤਾ ਗਿਆ ਇਹਦੀ ਜਿਹੜੀ ਜਾਂਚ ਹੈ ਕਿਸੇ, ਚਾਹੇ ਤਾਂ ਕਿਸੇ ਸਿਟਿੰਗ ਹਾਈ ਕੋਰਟ ਜੱਜ ਕੋਲੇ ਕਰਾਓ, ਚਾਹੇ ਫਿਰ CBI ਕੋਲੇ ਕਰਾਓ, ਕਿਉਂਕਿ ਅਗਰ ਪੰਜਾਬ ਪੁਲਿਸ ਇਸ ਕੇਸ ਦੀ ਜਾਂਚ ਕਰਦੀ ਹੈ, ਉਹ ਤਾਂ ਪਹਿਲਾਂ ਹੀ ਮੈਨੂੰ ਹੁਣੇ ਹੀ ਥੋੜ੍ਹੀ ਦੇਰ ਪਹਿਲੇ ਜਿਹੜੇ ਵਿੱਕੀ ਦੇ ਪਰਿਵਾਰ ਕੋਲੇ ਵੀ ਕੱਲ੍ਹ ਫੋਨ ਆਇਆ ਸੀ ਕਿ ਕੱਲ੍ਹ ਜਦੋਂ ਭੋਗ ਪੈ ਰਿਹਾ ਸੀ ਉੱਥੇ ਉਹਨਾਂ ਦੇ ਘਰ ਨੂੰ, ਸਾਰੇ ਨੂੰ ਜਿਹੜਾ ਪੁਲਿਸ ਨੇ ਜਿਹੜੀ ਹੈ ਤਲਾਸ਼ੀ ਲੈ ਕੇ ਜਿਹੜਾ ਵਾ ਸਾਰਾ ਇਕੱਲੀ ਇਕੱਲੀ ਚੀਜ਼ ਖੋਲੀ ਹੈ। ਸੋ ਮੈਨੂੰ ਸਰਦਾਰ ਮਾਨ ਸਾਹਿਬ ਵੱਲੋਂ ਮੈਸੇਜ ਸੀ ਕਿ ਤੁਸੀਂ ਜਾ ਕੇ ਪਰਿਵਾਰ ਕੋਲੇ ਹਾਜ਼ਰੀ ਲਵਾਉਣੀ ਹੈ, ਅਸੀਂ ਇਹ ਪਰਿਵਾਰ ਨੂੰ ਯਕੀਨ ਦਿਵਾਉਂਦੇ ਹਾਂ ਵੀ ਕਾਨੂੰਨੀ ਤੌਰ 'ਤੇ ਜਿੱਥੇ ਵੀ ਕਿਸੇ ਮਦਦ ਦੀ ਲੋੜ ਹੋਏਗੀ ਅਸੀਂ ਨਾਲ ਹੈਗੇ ਹਾਂ। ਇਹ ਅਰਦਾਸ ਕਰਦੇ ਹਾਂ ਅੱਜ ਸਾਰੀ ਸੰਗਤ ਹੈਗੀ ਹੈ ਵੀ ਪਰਮਾਤਮਾ ਜਿਹੜੀ ਹੈ ਸਰਦਾਰ ਪ੍ਰੇਮ ਸਿੰਘ ਦੀ ਰੂਹ ਨੂੰ ਜਿਹੜੀ ਹੈ ਆਪਦੇ ਚਰਨਾਂ ਵਿੱਚ ਥਾਂ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟਾ ਦਿਲਬਾਗ ਸਿੰਘ ਨੂੰ ਸਨੀ ਕਹਿੰਦੇ ਸੀ, ਉਹਦੇ ਨਾਲ ਇਹ ਨਿੱਕੇ ਹੁੰਦੇ ਤੋਂ ਪੜ੍ਹਦਾ ਸੀ, ਔਰ ਇਹ ਸਾਰਾ ਹੀ ਲਾਹੌਰੀਆ ਪਰਿਵਾਰ, ਚਾਹੇ ਉਹ ਸਰਦਾਰ ਅਰਜਨ ਸਿੰਘ ਜੀ ਲਾਹੌਰੀਆ ਹੋਣ, ਸਰਦਾਰ ਮੰਗਲ ਸਿੰਘ ਜੀ ਲਾਹੌਰੀਆ ਹੋਣ, ਅਰਜਨ ਸਿੰਘ ਜੀ ਲਾਹੌਰੀਆ ਸਾਹਿਬ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਨ, ਉਹ ਸੇਵਾ ਨਿਭਾ ਰਹੇ ਹਨ। ਸਰਦਾਰ ਮੰਗਲ ਸਿੰਘ ਜੀ ਲਾਹੌਰੀਆ ਸਾਡੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੇਵਾ ਨਿਭਾ ਰਹੇ ਹਨ, ਔਰ ਜਿਵੇਂ ਕਿ ਸੰਸਾਰ ਨੇ ਦੱਸਿਆ ਕਿ 35% ਇਲਾਕਾ ਲਾਹੌਰੀਆ ਪਰਿਵਾਰ ਦਾ ਵਿਛਾਇਆ ਗਿਆ ਹੈ, ਬਿਲਕੁਲ ਸੱਚ ਹੈ। ਔਰ ਜੋ ਇਹ ਜਨ ਸੈਲਾਬ ਇਹ ਦੱਸਦਾ ਵੀ ਕਿੰਨਾ ਅਸੀਂ ਲਾਹੌਰੀਆ ਪਰਿਵਾਰ ਨੂੰ ਪਿਆਰ ਵੀ ਕਰਦੇ ਹਾਂ, ਔਰ ਖਾਸ ਕਰਕੇ ਬੱਚੇ ਨੂੰ। ਔਰ ਜਿਵੇਂ ਕਿ ਮੇਰੇ ਸਾਥੀ ਐਡਵੋਕੇਟ ਸਾਹਿਬ ਨੇ ਦੱਸਿਆ ਕਿ ਨਵਾਂ ਨਾਂ ਦਿੱਤਾ, ਬਾਕੀ ਇੱਕ ਗੈਂਗਸਟਰ ਦਾ ਨਾਂ ਦੇ ਦਿੱਤਾ, ਔਰ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਇਸ ਵੀਰ ਨੂੰ ਇਸ ਨਾਂ ਨਾਲ ਯਾਦ ਕਰੀਏ। ਅਸੀਂ ਇਸ ਵੀਰ ਨੂੰ, ਉਹ ਯਾਰਾਂ ਦਾ ਯਾਰ ਸੀ ਜਿੱਥੇ ਉਹ ਸਪੋਰਟਸ ਕਾਲਜ ਦੇ ਵਿੱਚ ਪੜ੍ਹਿਆ, ਉਹਨੇ ਸਾਡੇ ਸਟੇਟ ਲਈ ਨਾਮ ਜਿੱਤਿਆ, ਉਹ ਇੱਕ ਵਧੀਆ ਸਪੋਰਟਸਮੈਨ ਸੀ, ਔਰ ਇਸ ਤੋਂ ਇਲਾਵਾ ਉਹ ਇੱਕ ਹੋਣਹਾਰ ਬੱਚਾ ਸੀ, ਸਦਾ ਮਾਂ ਦਾ ਆਗਿਆਕਾਰੀ ਸੀ, ਕਿਉਂਕਿ ਮੈਂ ਬਹੁਤ ਲਾਗੇ ਦੇਖਿਆ ਜੇ ਸਾਡੀ ਤਾਈ ਜੀ ਵੀ ਆਉਂਦੇ ਸੀ, ਉਹ ਜਿੰਨਾ ਸਨੀ ਨੂੰ ਪਿਆਰ ਕਰਦੇ ਸੀ ਉਹਨਾਂ ਪ੍ਰੇਮੀ ਨੂੰ ਵੀ ਪਿਆਰ ਕਰਦੇ ਸਨ। ਇਸ ਤੋਂ ਇਲਾਵਾ ਔਰ ਯਾਰਾਂ ਦਾ ਯਾਰ ਇਸ ਕਰਕੇ ਵੀ ਸੀ ਕਿ ਜਿੰਨਾ ਯਾਰੀ ਲਾਈ ਆਖਰ ਤੱਕ ਨਿਭਾਈ, ਉਹ ਸਾਰੀ ਦੁਨੀਆ ਜਾਣਦੀ ਹੈ।
ਔਰ ਵਾਕਈ ਇੱਕ ਬੜੀ ਮੰਦਭਾਗੀ ਘਟਨਾ ਹੈ ਕਿ ਕੌਂਸਟੀਟਿਊਸ਼ਨ ਵਾਲੇ ਦਿਨ ਹੀ ਕੌਂਸਟੀਟਿਊਸ਼ਨ ਦਾ ਕਾਨ ਹੋਇਆ। ਸਾਰਿਆਂ ਨੂੰ ਪਤਾ ਹੈ ਕਿਤੇ ਮਾੜੀ ਜਿਹੀ ਚੋਰੀ ਹੋ ਜਾਵੇ ਨਾ ਤਾਂ ਥਾਣੇ ਫੋਨ ਕਰੀਏ 26 ਜਨਵਰੀ ਨੂੰ, ਕਹਿੰਦੇ ਜੀ ਪੁਲਿਸ ਨਹੀਂ ਹੈਗੀ, ਅੱਜ 26 ਜਨਵਰੀ ਦੀ ਪਰੇਡ ਕਰਨ ਗਈ ਆ। ਵੀ ਮੈਂ ਮੇਰੇ ਵੀਰ ਬੈਠੇ ਨੇ ਉਹ ਔਰ ਇੱਕ ਪ੍ਰੀ ਪਲੈਨ ਜਿਹਾ ਹੀ ਲੱਗਦਾ ਕਿਉਂਕਿ ਇਹ ਜਿੱਦਣ ਇਸ ਸਾਡੇ ਵੀਰ ਦੀ ਦੇਹ ਪਈ ਸੀ ਅਤੇ ਅਸੀਂ ਲਾਗੇ ਪਰਿਵਾਰ ਗੁਰਲਾਭ ਕਰ ਰਹੇ ਸੀ ਜਦੋਂ ਬਾਹਰ ਆਏ ਤਾਂ ਕਹਿੰਦੇ ਵੀ ਜਦੋਂ ਅਸੀਂ ਬੋਡੀ ਲੈਣ ਗਏ ਅਤੇ ਉੱਥੇ ਜਿਹੜੀ ਹਵੇਲੀ ਦਿਖਾਈ ਗਈ ਉੱਥੇ ਕਿਤੇ ਕਿਸੇ ਕੰਧ 'ਤੇ ਕੋਈ ਗੋਲੀ ਨਹੀਂ ਲੱਗੀ, ਕਿਤੇ ਕੋਈ ਕੱਟੇ ਮੱਝ ਨੂੰ ਕਿਤੇ ਕੋਈ ਗੋਲੀ ਨਹੀਂ ਲੱਗੀ। ਸੋ ਇਹ ਦਰਸਾਉਂਦੀ ਸੀ ਮੇਰੇ ਵੀਰ ਮੀਡੀਆ ਵਾਲੇ ਵੀ ਆ। 2 ਮਿੰਟ ਬਾਅਦ ਕੈਪਟਨ ਸਾਹਿਬ ਦੀ ਟਵੀਟ ਆਈ ਔਰ ਵਧਾਈ, ਔਰ ਫਿਰ ਸ਼ਾਇਦ ਅਰੋੜਾ ਸਾਹਿਬ ਨੇ ਕਿਹਾ ਵੀ ਬਹੁਤ ਜਲਦੀ ਹੋ ਗਈ ਔਰ ਕ੍ਰੈਡਿਟ ਸ਼ਾਇਦ ਕਿਸੇ ਹੋਰ ਨੂੰ ਦੇਣਾ ਸੀ, ਉਹ ਦੁਬਾਰਾ ਰੀਟਵੀਟ ਹੋਈ। ਸੋ ਇਹ ਗੱਲਾਂ ਦਰਸਾਉਂਦੀਆਂ ਹਨ ਕਿ ਇਹ ਪ੍ਰੀ ਪਲੈਨ ਸੀ ਸ਼ਾਇਦ, ਔਰ ਮੇਰੀ ਪਾਰਟੀ ਸ਼ਾਇਦ BJP ਹੈ, ਮੈਂ ਇੱਕ ਗੱਲ ਕਰੂੰਗਾ ਕਿ ਸ਼ਾਇਦ ਉਹਨਾਂ ਨੇ ਕਹਿਣਾ ਓਪੋਜੀਸ਼ਨ ਵਾਲੇ ਆ ਸਾਡੇ 'ਤੇ ਉਂਗਲੀ ਉਠਾਉਂਦੇ ਆ, ਉਨਾ ਹੀ ਫਰਜ਼ ਮੇਰੇ ਕਾਂਗਰਸੀ ਸਾਥੀਆਂ ਦਾ ਵੀ ਬਣਦਾ। ਜਿਹੜੀ ਗੱਲ ਗਲਤ ਹੋਵੇ ਉਹਨੂੰ ਗਲਤ ਕਹਿਣ ਦਾ ਜਿਗਰਾ ਸਾਡੇ ਵਿੱਚ ਹੋਣਾ ਚਾਹੀਦਾ। ਅਸੀਂ ਜ਼ਰੂਰ, ਚਾਹੇ 74 ਨੰਬਰ ਦੇ ਕੌਂਸਲਰ ਬੈਠੇ ਨੇ, ਮੇਰੇ ਪੱਪੂ ਬਾਜਵਾ ਜੀ ਕੌਂਸਲਰ ਬੈਠੇ ਨੇ, ਕਾਂਗਰਸ ਦੇ ਕੌਂਸਲਰ ਹਾਂ, ਅਸੀਂ ਲਿਖ ਕੇ ਚਿੱਠੀ ਪਾਈਏ ਵੀ ਜਿਹੜੀ ਗਲਤ ਚੀਜ਼ ਹੈ ਉਹ ਗਲਤ ਹੈ, ਇਹਦੀ ਜਾਂਚ ਵਾਕਈ ਹੋਣੀ ਚਾਹੀਦੀ ਹੈ। ਔਰ ਦੂਜੀ ਗੱਲ ਇਹ ਵੀ ਹੈ ਵੀ ਪਾਕਿਸਤਾਨ ਵਰਗੇ ਦੇਸ਼ ਸਾਡੇ ਕਸ਼ਮੀਰ ਦੇ ਯੂਥ ਨੂੰ ਗੁੰਮਰਾਹ ਕੀਤਾ ਹੈ, ਉੱਥੇ ਪੱਥਰਬਾਜ਼ੀ ਹੋ ਰਹੀ ਹੈ, ਉੱਥੇ ਆਤੰਕਵਾਦ ਫੈਲਿਆ, ਕੇਂਦਰ ਦੀ ਸਰਕਾਰ ਫਿਰ ਵੀ ਉਹਨਾਂ ਨੂੰ ਜਿੱਥੇ ਉਹ ਕਹਿੰਦੀ ਹੈ ਵੀ ਜਿੱਥੇ ਤੁਸੀਂ ਸਰੈਂਡਰ ਕਰਨਾ ਤੁਸੀਂ ਸਰੈਂਡਰ ਕਰੋ, ਤੁਸੀਂ ਮੁੱਖ ਧਾਰਾ 'ਚ ਆਓ, ਤੁਸੀਂ ਆਪਣੇ ਪਰਿਵਾਰਾਂ 'ਚ ਵਾਪਸ ਆਓ, ਯੂਥ ਵਾਪਸ ਵੀ ਆਉਂਦਾ। ਔਰ ਮੈਨੂੰ ਪਤਾ ਲੱਗਾ ਵਿੱਕੀ ਦੇ ਪਰਿਵਾਰ ਵੀ ਇੱਥੇ ਬੈਠਾ, ਮੈਂ ਕਿਉਂਕਿ ਮੈਂ ਵੀ ਮੀਡੀਆ 'ਚ ਸੁਣਿਆ ਵੀ ਉਹਦੇ ਚਾਚਾ ਜੀ ਨੇ ਸ਼ਾਇਦ ਕਿਹਾ ਵੀ 5 ਵਜੇ ਕੋਈ ਫੋਨ ਕੀਤਾ ਕੋਈ ਅਫਸਰ ਨੂੰ, ਔਰ ਮੇਰੇ ਭਾਈ ਸਾਹਿਬ ਵੀ ਖੜ੍ਹੇ, ਕਹਿੰਦੇ ਇਹਨਾਂ ਸਾਡੇ ਵੱਲੋਂ ਵੀ ਕੋਈ ਮੁੰਡੇ ਨੂੰ ਦੁਬਾਰਾ ਵਾਪਸ ਬੁਲਾਇਆ ਗਿਆ। ਤੋ ਜਿੱਥੇ ਬੁਲਾਇਆ ਗਿਆ ਇਹੋ ਜਿਹੀਆਂ ਗੱਲਾਂ ਹੋਈਆਂ, ਅਤੇ ਇਹ ਕਿਉਂ ਇਹੋ ਜਿਹਾ ਮੌਕਾ ਆ ਗਿਆ ਵੀ ਉਹਨਾਂ ਨੂੰ ਸਰੈਂਡਰ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ, ਜਾਂ ਇਹ ਜਿਹੜਾ ਅਸੀਂ ਆਪਣੇ ਮੋਢੇ ਥਪਥਪਾਉਂਦੇ ਹਾਂ ਵੀ ਇਨਕਾਊਂਟਰ ਹੋਇਆ, ਸੋ ਬੜਾ ਮੰਦਭਾਗਾ ਹੋਇਆ। ਕਿਸੇ ਮਾਂ ਕੋਲ ਪੁੱਛੋ ਜਿਹੜਾ ਪੁੱਤ ਗਿਆ, ਕਿਸੇ ਪਤਨੀ ਕੋਲ ਪੁੱਛੋ ਜਿਹੜਾ ਘਰ ਵਾਲਾ ਗਿਆ, ਉਹ ਭੈਣਾਂ ਮੇਰੀਆਂ 2 ਬੇਟੀਆਂ, ਮੇਰਾ ਵੀਰ ਉਨਾ ਬੈਠਾ ਸਾਡੇ ਵਿੱਚ ਵੀ ਖੇਡਦਾ ਹੁੰਦਾ ਸੀ, ਦੇਖਦੇ ਦੇਖਦੇ ਜਵਾਨ ਹੋਇਆ, ਦਲੇਰ ਸੀ। ਸੋ ਜਿੱਥੇ ਇਸ ਪਰਿਵਾਰ ਦੇ ਨਾਲ ਸਾਡੀ ਪਾਰਟੀ ਚੁਨੀ ਲਾਲ ਭਗਤ ਜੀ, ਸਾਡੇ MLA, ਸਾਡੇ ਸਤਿਕਾਰਯੋਗ ਪੰਜਾਬ ਪ੍ਰਧਾਨ ਵਿਜੇ ਸਾਂਪਲਾ ਜੀ ਨੇ ਸੋਗ ਸੰਦੇਸ਼ ਭੇਜਿਆ, ਸਾਡੇ ਪਰਿਵਾਰ ਦੇ ਮੇਰੇ ਜਨਰਲ ਸੈਕਟਰੀ ਸ਼ੀਤਲ ਜੀ ਬੈਠੇ, ਅਸੀਂ ਸਾਰਾ BJP ਪਰਿਵਾਰ ਇਸ ਪਰਿਵਾਰ ਦੇ ਨਾਲ ਹਾਂ। ਪਰ ਅਸੀਂ ਮੰਗ ਕਰਦੇ ਹਾਂ ਕੈਪਟਨ ਸਰਕਾਰ ਕੋ ਵੀ ਵੀ ਜੋ ਅਸੀਂ ਇਸ ਪਰਿਵਾਰ ਦੇ ਨਾਲ ਵੀ ਜੋ ਇਹ ਮਦਭਾਂਗੀ ਘਟਨਾ ਹੋਈ, ਜੇ ਉਹ ਸਰੈਂਡਰ ਕਰਨ ਲਈ ਖੁਦ ਤੁਸੀਂ ਉਹਨਾਂ ਨੂੰ ਕਹਿ ਰਹੇ ਸੀ ਤਾਂ ਕਿਉਂ ਇਹੋ ਜਿਹਾ ਵਾਪਰਿਆ ਵੀ 26 ਤਰੀਕ ਵਾਲੇ ਦਿਨ ਹੀ ਤੁਸੀਂ ਕੌਂਸਟੀਟਿਊਸ਼ਨ ਦਾ ਧਾਨ ਕੀਤਾ? ਤੋ ਇਹ ਬਹੁਤ ਜ਼ਰੂਰੀ ਹੈ। ਮੈਂ ਇੱਕ ਵਾਰ ਸੰਭ ਕੇ ਗੁਰਬਾਣੀ ਦਾ ਹੀ ਵਾਕ ਹੈ, ਸੰਭਤ ਸਾਹਾ ਲਿਖਿਆ ਮਿਲਕਰ ਪਾਵੋ ਦੇਵ, ਦਿਓ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਸੱਚੀ ਸ਼ਰਧਾਂਜਲੀ ਸਾਡੀ ਇਹੀ ਹੈ ਵਾਹਿਗੁਰੂ ਅੱਗੇ ਸਾਰਿਆਂ ਦੀ ਅਰਦਾਸ ਵੀ ਇਹ ਕਿ ਜਿਹੜਾ ਸਾਡਾ ਵੀਰ ਕਿ ਆਪਣੇ ਚਰਨਾਂ ਦੇ ਵਿੱਚ ਵਾਸ ਦਿਓ, ਬਹੁਤ ਵਧੀਆ ਵੀਰ ਸੀ, ਅਸੀਂ ਇਹਨੂੰ ਗੈਂਗਸਟਰ ਦੇ ਨਾਂ 'ਤੇ ਕਦਾਪੀ ਨਹੀਂ, ਇੱਕ ਯਾਰਾਂ ਦਾ ਯਾਰ, ਕਲੀਅਰ ਇੱਕ ਸੱਚਾ ਪੁੱਤ ਮਾਂ ਦਾ ਇਸ ਤਰੀਕੇ ਨਾਲ ਯਾਦ ਕਰਾਂਗੇ। ਇਹਨਾਂ ਹੀ ਕਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰੇ ਸਵਾਲੀਆਂ ਚੇਤ ਛੱਡ ਕੇ ਗਏ ਆ, ਅਮਿਤ ਸ਼ਰਮਾ ਜੀ ਨੇ ਇੱਥੇ ਗੱਲ ਕੀਤੀ, ਉਸ ਤੋਂ ਪਹਿਲੇ ਬਾਕੀ ਬੁਲਾਰੇ ਨੇ ਗੱਲ ਕੀਤੀ, ਕਿਉਂਕਿ ਮੈਂ ਬਚਪਨ ਤੋਂ ਇਸ ਵੀਰ ਨੂੰ ਆਪਣੇ ਅੱਖੀਂ ਦੇਖਿਆ, ਦਲੇਰ ਸੀ, ਯਾਰਾਂ ਦਾ ਯਾਰ ਸੀ, ਮਿੱਤਰਤਾ ਨਿਭਾਉਣ ਵਾਲਾ ਸ਼ਖਸ ਸੀ। ਪਰ ਇਸ ਢੰਗ ਦੇ ਨਾਲ ਉਸ ਨੂੰ ਮੁਕਾਬਲੇ 'ਚ ਖਤਮ ਕਰ ਦਿੱਤਾ ਜਾਏਗਾ, ਇਹ ਕਿਸੇ ਨੂੰ ਸੰਭਾਵਨਾ ਨਹੀਂ ਸੀ। ਅੱਜ ਉਸ ਮਾਣ ਪੁੱਛਿਆ ਜਾਏ ਜਿਸ ਦੀ ਛਾਤੀ ਛੱਡੀ ਜਾਏ,
ਉਹਨਾਂ ਭੈਣਾਂ ਨੂੰ ਉਸ ਧਰਮ ਪਤਨੀ ਨੂੰ ਪੁੱਛਿਆ ਜਾਏ ਜਿਹਦੇ ਸਿਰ ਤੋਂ ਸਾਇਆ ਚਲਾ ਗਿਆ। ਬਹੁਤ ਦੁਖਦਾਈ ਘਟਨਾ ਹੈ, ਦੁੱਖ ਹੁੰਦਾ ਹੈ। ਮੈਂ ਪਾਰਟੀ ਰਾਣਾ ਤਾਂ ਇੱਥੇ ਕੋਈ ਗੱਲ ਨਹੀਂ ਕਰਨੀ, ਪਰ ਜਿਸ ਮਾਂ ਦਾ ਬੱਚਾ ਚਲਾ ਜਾਂਦਾ, ਜਿਸ ਭੈਣ ਦਾ ਵੀਰ ਚਲ ਜਾਂਦਾ, ਜਿਸ ਔਰਤ ਦਾ ਸਿਰ ਦਾ ਸਾਈ ਚਲ ਜਾਂਦਾ, ਉਸਨੂੰ ਇਹ ਭਾਣਾ ਜ਼ਿੰਦਗੀ ਭਰ ਭੁੱਲਣਾ ਨਹੀਂ, ਕਿਉਂਕਿ ਇਸ ਪਰਿਵਾਰ ਦੇ ਨਾਲ ਮੇਰਾ ਬਹੁਤ ਪੁਰਾਣਾ ਸੰਬੰਧ ਹੈ। ਸਵਰਗੀ ਸਰਦਾਰ ਬੰਦਰ ਸਿੰਘ ਜੀ ਇਸ ਇਲਾਕੇ ਦੇ ਵਿੱਚ ਇੱਕ ਬਹੁਤ ਵੱਡੀ ਉਹਨਾਂ ਦੀ ਰੁਤਬਾ ਸੀ, ਬਹੁਤ ਵੱਡੀ ਸ਼ਾਨ ਸੀ। ਉਹਨਾਂ ਦੇ ਬੇਟੇ ਮੇਰੇ ਵੀਰ ਅਰਜਨ ਲੋਹੀਆ ਜੀ, ਸਾਡੇ ਕਾਂਗਰਸ ਦੇ ਸੀਨੀਅਰ ਆਗੂ ਨੇ, ਕੁਲਵੀਰ ਸਿੰਘ ਕਾਲੇ ਭਾਜੀ ਜਿਹੜੇ ਕਿ ਬਾਬਾ ਬੁੱਢਾ ਜੀ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਨੇ, ਸਮਾਜ ਦੀਆਂ ਸੇਵਾਵਾਂ ਕਰ ਰਹੇ ਨੇ। ਪਰ ਮੈਨੂੰ ਨਹੀਂ ਆਸ ਕਿ ਇਹ ਅਜਿਹੇ ਪਰਿਵਾਰ ਦਾ ਨੌਜਵਾਨ ਕਿਤੇ ਗਲਤ ਰਾਹੀਂ ਤੁਰਿਆ ਹੁੰਦਾ, ਕਿਉਂਕਿ ਪਰਿਵਾਰ ਦੀ ਸੇਵਾ ਮੈਂ ਹਮੇਸ਼ਾ ਦੇਖੀ ਆ। ਗੁਰੂ ਘਰ ਦੇ ਵਿੱਚ ਅਰਜਨ ਜੀ ਸੇਵਾ ਕਰਦੇ ਨੇ, ਸਮਾਜ ਦੀ ਸੇਵਾ ਕੁਲਵੀਰ ਸਿੰਘ ਜੀ ਕਰਦੇ ਨੇ, ਬਾਕੀ ਪਰਿਵਾਰ ਨੇ ਵੀ ਸਮਾਜ ਦੀ ਸੇਵਾ ਕੀਤੀ। ਸੋ ਅੱਜ ਉਸ ਵੀਰ ਦਾ ਜਾਣਾ ਬਹੁਤ ਵੱਡੀ ਗੱਲ ਹੈ। ਨੌਜਵਾਨ ਪੀੜ੍ਹੀ ਨੂੰ ਜੋ ਘਾਣ ਲੱਗਿਆ ਉਹ ਦੁਖਦਾਈ ਹੈ। ਸੋ ਜ਼ਿਆਦਾ ਨਾ ਕਹਿ ਕੇ ਮੈਂ ਤਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਇਹੀ ਅਰਦਾਸ ਕਰਦਾ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਜ਼ਰੂਰ ਹੋਣਾ ਚਾਹੀਦਾ। ਜਿਸ ਢੰਗ ਦੇ ਨਾਲ ਹੋਇਆ ਬਹੁਤ ਸਾਰੇ ਸਵਾਰੀਆਂ ਚੰਗੇ ਖੜ੍ਹੇ ਹੋਏ, ਪਰ ਜਿਸ ਤਰ੍ਹਾਂ ਅਮਰ ਸਿੰਘ ਜੀ ਨੇ ਕਿਹਾ ਕਿ ਸੰਵਿਧਾਨ ਦਾ ਕਾਰਨ ਹੋਇਆ, ਕਾਨੂੰਨ ਦੇ ਨਿਰਮਾਣ ਕਰਨ ਵਾਲਿਆਂ ਨੇ ਹੀ ਕਾਨੂੰਨ ਦਾ ਉਲੰਘਣਾ ਕੀਤੀ, ਕਾਨੂੰਨ ਦੇ ਨਾਲ ਮਜ਼ਾਕ ਕੀਤਾ, ਔਰ ਮਾਂ ਦੇ ਪੁੱਤਰ ਨੂੰ, ਭੈਣ ਦੇ ਵੀਰ ਨੂੰ, ਔਰਤ ਦੇ ਸਾਈ ਨੂੰ ਇਹ ਸਮਾਜ ਤੋਂ ਸਦਾ ਲਈ ਖੋਹ ਕੇ ਰਹਿ ਗਏ। ਸੋ ਅੱਜ ਉਸ ਦੇ ਜਾਣ ਦਾ ਇਲਾਕੇ 'ਚ ਬਹੁਤ ਵੱਡਾ ਰੋਸ ਹੈ, ਕਿਉਂਕਿ ਮੈਂ ਜਾਣਦਾ ਕਿ ਜਿਸ ਪਰਿਵਾਰ ਦਾ ਜੀ ਜਾਂਦਾ ਉਹ ਖਾਸ ਤੌਰ 'ਤੇ ਨੌਜਵਾਨ ਵੀਰ ਜਦੋਂ ਜਾਂਦਾ ਜਾ ਤਾਂ ਲਾਗੇ ਸੋ ਤਾਂ ਜਾਣੇ ਕੌਣ ਜਾਣੇ ਪੀਰ ਪਾਈ। ਦਰਾਸੇ ਦੇਣੇ ਬਹੁਤ ਸੌਖੇ ਨੇ, ਬਹੁਤ ਸੌਖਾ ਸਮਝਾਉਣਾ ਕਿ ਭਾਈ ਗੁਰੂ ਦਾ ਭਾਣਾ ਮੰਨ ਲਓ, ਗੁਰਬਾਣੀ ਦੇ ਆਸ਼ੇ ਅਨੁਸਾਰ ਚਲੋ, ਗ੍ਰੰਥਾਂ ਦੀ ਸਿੱਖਿਆ ਬਚੋ, ਪਰ ਜਿਸ ਪਰਿਵਾਰ 'ਤੇ ਵਾਪਰਦਾ ਉਸ ਨੂੰ ਦਰਾਸਾ ਦੇਣਾ, ਉਸ ਨੂੰ ਹੌਸਲਾ ਦੇਣਾ, ਔਰ ਜੇ ਨੌਜਵਾਨ ਦਾ ਜਾਣਾ ਜ਼ਿੰਦਗੀ ਭਰ ਲੈ ਰਹੇਗੀ। ਸੋ ਮੈਂ ਜ਼ਿਆਦਾ ਨਾ ਕਹਿ ਕੇ ਆਪਣੇ ਵੱਲੋਂ ਆਪਣੇ ਰਾਤੀ ਵੱਲੋਂ, ਕਿਉਂਕਿ ਮੈਂ ਤਾਂ ਸਮਝਦਾ ਮੈਂ ਇੱਕ ਪਰਿਵਾਰ ਦਾ ਮੈਂਬਰ ਹਾਂ, ਤੁਹਾਡਾ ਜਿੱਥੇ ਤੋਂ ਆਇਆਂ ਦਾ ਧੰਨਵਾਦ ਕਰਦਾ। ਤੁਸੀਂ ਦੁੱਖ ਦੀ ਘੜੀ 'ਚ ਲਹੋਰੀਆ ਪਰਿਵਾਰ ਨਾਲ ਸਾਡੇ ਪਰਿਵਾਰ ਨਾਲ ਆ ਕੇ ਸਾਂਝ ਪ੍ਰਗਟ ਕੀਤੀ, ਔਰ ਦੁੱਖ ਦੀ ਘੜੀ ਵਿੱਚ ਸਾਡੇ ਪਰਿਵਾਰ ਨਾਲ ਆ ਕੇ ਖੜ੍ਹੇ ਹੋਏ। ਮੈਂ ਆਪਣੇ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਤੋਂ ਲੰਗਰ ਚੱਲ ਰਿਹਾ ਹੈ, ਸਮੂਹ ਸੰਗਤ ਨੇ ਗੁਰੂ ਕਾ ਲੰਗਰ ਵੀ ਛਕਣਾ ਜੀ। ਰਾਮ ਕਲੀ ਮਹਿਲਾ ਤੀਜਾ ਰੰਗ ਕਿਉਂ ਕਾਰ, ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜਿਆ, ਰਾਗ ਰਤਨ ਪਰਿਵਾਰ ਸ਼ਬਦਾ ਸ਼ਬਦੋ ਤੰਗਾ ਵਾਰੀ ਕੀੜਾ ਮਨ ਵਸਾਇਆ, ਕਹੇ ਨਾਨਕਾ ਨਾ ਲਗਵਾ ਸਤਿਗੁਰੂ ਮੈਂ ਇਹ ਮਨ ਮੇਰਿਆ ਤੂੰ ਸਦਾ ਰਹੁ ਹਰਨਾਲੇ ਹਰਨਾਲੋ ਤੂੰ ਮਨ ਮੇਰੇ ਤੂੰ ਸੰਸਾਰਨਾ ਅੰਗੀਕਾਰ ਕਰੇ ਤੇਰਾ ਕਰ ਸਭ ਸਭ ਨਾਂਗਲਾ ਸਿਮਰਤ ਸੁਆਮੀ ਸੋ ਕਿਉਂ ਨਮਸਾਰਿਓ, ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਘਰ ਤਾਂ ਤੇਰੇ ਸਭ ਪਿੱਛੇ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ, ਤੇਰੀ ਨਾ ਮਨ ਵਸਾਵੇ ਨਾ ਬਿਨਕੇ ਮਨ ਵਸੇਵਾ ਜੀ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾ ਮੇਰਾ ਆਧਾਰੋ ਸਾਚ ਨਾ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਇਆ ਵਸਿਆ, ਇੱਛਾ ਸਭ ਲਈਆਂ ਸਦਾ ਕੁਰਬਾਨ ਕੀਤਾ ਗੁਰਮਿਟੋਂ ਜਿਸ ਦੀਆਂ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋਸ਼ਣ ਤਰੋ ਪਿਆਰੋ, ਸਾਚਾ ਨਾ ਮੇਰਾ ਆਧਾਰੋ ਵਾਜੇ ਪੰਚਵਤ ਕਰ ਸੁਭਾਗੇ,
ਘਰ ਸੁਭਾਗੇ ਸ਼ਬਦਵਾਰ ਜੀ ਕਲਾ ਜਿਤ ਕਰ ਧਾਰਿਆ ਪੰਜ ਦੂਤ ਵਸ ਕੀਤੇ ਗਾਲਕੰਡ ਕੁਮਾਰਿਆ ਧੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖੋ ਅਤੇ ਘਰ ਅਨ ਹਦਵਾਜੇ ਅਨੁ ਸੁਣੋਟ ਭਾਗੀ ਹੋ ਸਗ ਮਨੋਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਤ੍ਰੈ ਸਲਿਮ ਸੂਰੇ ਦੂਖ ਰੋਗ ਸੰਤਾਪ ਤ੍ਰੈ ਸੁਣੀ ਸੱਚੀ ਬਾਣੀ ਸੰਸਾਰ ਭੈ ਸਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨੀਤ ਕਹਿਤੇ ਪੁਨੀਤ ਸਤਿਗੁਰ ਰਿਆ ਪ੍ਰਭੂਰੇ ਬਿਨਵਰਤ ਨਾਨਕ ਗੁਰ ਚਰਨ ਲਾਗੇ ਵਾਜਨ ਹਤੁਰੇ ਸਲੋਪਮ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਦੇਵ ਸ਼ਰਾਧੋ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗੈਮ ਸ਼ਤਕਾਰ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਤੂੰ ਠਾਕੁਰ ਸ੍ਰੀ ਵਾਹਿਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਤੈ ਗੁਰ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੈ ਹੋਏ ਸਹਾਏ ਅਰਜਨ ਹਰ ਗੋਬਿੰਦ ਨਾ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਹਰੀਐ ਜਿਸ ਡਿਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉਣੇ ਦਿਆਵੈ ਤਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਂਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਲੀ ਦੇਖ ਕੇ ਆਨੰਦ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਲਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਵਨ ਸਾਹਿਬ ਜੀ ਸਹਾਇ ਖਾਲਸ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨਾ ਅੰਬਾਰ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਹੋਵੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ
ਸਿੱਖਾਂ ਦਾ ਮਨ ਨੀਵਾ ਮਾਤੇ ਉੱਚੀ ਮਤ ਦਾ ਰਾਖਾ ਵਾਹਿਗੁਰੂ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਰ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਵਾਣਿਆਂ ਦੇ ਮਾਣ ਨਿਰਣਿਆਂ ਦੇ ਤਾਣ ਨਿਉਣਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਸਲ ਸਿੰਘ ਲਾਹੌਰੀਆ ਤਿਨਾਂ ਦੇ ਸਪੁੱਤਰ ਸਰਪੰਚ ਜੀਓ ਸਰਦਾਰ ਪ੍ਰੇਮ ਸਿੰਘ ਲਾਹੌਰੀਆ ਜਵਾਨ ਘੱਲੇ ਆਪ ਹੈ ਨਾਨਕਾ ਸੱਦੇ ਉੱਠੀ ਜਾਣੇ ਦੇ ਮਹਾਂਵਾਕ ਅਨੁਸਾਰ ਇਸ ਵਾਰ ਰੂਪ ਤੋਂ ਗੱਲ ਚਲਾਣਾ ਫਿਰ ਗਏ ਤਿਨਾਂ ਵਿੱਚ ਗ੍ਰਹਿ ਵਿਖੇ ਪਾਪ ਬਾਣੀ ਦੇ ਜਾਪ ਭੁੱਖ ਉਪਰੰਤ ਆਪ ਜੀ ਦੇ ਹਜ਼ੂਰ ਖੁੱਲੇ ਪ੍ਰਲਾਪ ਆਖੇ ਦੀਵਾਨ ਸਜੇ ਇਲਾਹੀ ਬਾਣੀ ਦਾ ਕੀਰਤਨ ਗੁਰਮੁਖ ਵਿਚਾਰਾਂ ਹੋਈਆਂ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਸਮੂਹ ਸਾਧ ਸੰਗਤ ਵੱਲੋਂ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਜੀ ਬਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵ ਕਾਲ ਲਈ ਨਿਵਾਸ ਬਖਸ਼ ਕਰਨਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਪਾਕ ਬਖਸ਼ਣਾ ਆਪ ਸੰਗ ਸਹਾਈ ਉਹਨਾਂ ਹੌਸਲਾ ਬਖਸ਼ ਕਰਨਾ ਸਤਿਗੁਰੂ ਜੀਓ ਸੇਵਕ ਪਰਿਵਾਰ ਦੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਕੜਾ ਪ੍ਰਸ਼ਾਦ ਆਪ ਜੀ ਦੇ ਹਜ਼ੂਰ ਸਾਜਰ ਹੈ ਹਾਜ਼ਰ ਹੈ ਪ੍ਰਵਾਨ ਹੋਵੇ ਮਿਹਰ ਕਰੋ ਸਤਿਗੁਰੂ ਜੀਓ ਪਾਵਨ ਆਸੀਸ ਹੁਕਮ ਬਖਸ਼ ਕੇ ਸਮੂਹ ਸੰਗਤ ਪਰਿਵਾਰ ਆਸ਼ੀਰਵਾਦ ਬਖਸ਼ ਕਰੋ ਅੱਖਰ ਵੱਧ ਘੱਟ ਭੁੱਲ ਚੁੱਪ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤਿਆ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਜਿਤ ਸੇਵਿਆ ਦਰਗਾਹ ਸੁਖ ਪਾਈਐ ਨਾਮ ਤਿਸੈ ਕਾ ਲੀਜੈ ਵਾਹਿਗੁਰੂ ਸਾਹਿਬ ਜੀ ਸੋਰਠ ਮਹਿਲਾ ਨੌਵਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮਨੈ
ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਪੈ ਨਹੀਂ ਜਾਕੈ, ਕੰਚਨ ਮਾਟੀ ਮਾਨੈ ਰਹਾਉ, ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਬ ਮਾਨਾ ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੇ, ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰ ਕਉ ਕਿਨੀ, ਤਿਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਨੀ ਸੰਗ ਪਾਨੀ ਗੁਰ ਕਿਰਪਾ ਜਿਹ ਨਰ ਕਉ ਕਿਨੀ, ਤਿਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਨੀ ਸਭ ਪਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੂਹ ਲਾਹੌਰੀਆ ਪਰਿਵਾਰ, ਮੈਂ ਬੇਨਤੀ ਕਰਾਂਗਾ ਵੀ ਸਰਦਾਰ ਅਰਜਨ ਸਿੰਘ ਜੀ ਲਾਹੌਰੀਆ ਕਿਹਨਾਂ ਦਾ ਉਹ ਆਈ ਸਮੂਹ ਸੰਗਤ ਦਾ ਧੰਨਵਾਦ ਕਰਨਗੇ। ਔਰ ਫਿਰ ਬੇਨਤੀ ਹੈ, ਕੜਾ ਪ੍ਰਸ਼ਾਦ ਦੀ ਦੇਗ ਔਰ ਗੁਰੂ ਕਾ ਲੰਗਰ ਚੱਲ ਰਿਹਾ ਹੈ, ਹੱਥ ਜੋੜ ਪਰਿਵਾਰ ਨੂੰ ਬੇਨਤੀ ਹੈ ਕਿ ਸਾਰਿਆਂ ਨੇ ਫਿਰ ਗੁਰੂ ਕਾ ਲੰਗਰ ਛਕਣਾ ਜੀ। ਸਰਦਾਰ ਅਰਜਨ ਸਿੰਘ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਸ ਦੁੱਖ ਦੀ ਘੜੀ 'ਚ ਸਾਡੇ ਜੋ ਭੈਣਾਂ ਭਰਾ ਰਿਸ਼ਤੇਦਾਰ ਸਾਖ ਸੰਬੰਧੀ ਇਲਾਕਾ ਨਿਵਾਸੀ ਜਿਹੜੇ ਇੱਥੇ ਤੁਹਾਡੇ ਕਦਮ ਕਦਮ ਸਾਡੇ ਸਿਰ ਮੱਥੇ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।